ਪਰਮ ਸਨਮਾਨਯੋਗ
ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋਏ ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਪ ਨੂੰ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜੂਰੀ ਅੰਦਰ ਜੁੜ ਕਰਕੇ ਨਗਰ ਮੱਲਾਂ ਵਾਲਾ ਦੀ ਮੰਡੀ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਤਿੰਨ ਰੋਜ਼ਾ ਗੁਰਮਤਿ ਸਮਾਗਮਾਂ ਦੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਉਪਰਾਲਿਆਂ ਦੇ ਤਹਿਤ ਅੱਜ ਪਹਿਲੇ ਦਿਨ ਦੇ ਗੁਰਮਤਿ ਸਮਾਗਮ ਆਰੰਭ ਹੋ ਚੁੱਕੇ ਹਨ। ਆਪ ਜੀ ਨੇ ਬੀਬੀ ਬਲਜੀਤ ਕੌਰ ਜੀ ਦੇ ਰਾਗੀ ਜਥੇ ਤੋਂ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਇਹ ਸਮਾਗਮ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਅਵਤਾਰ ਗੁਰਪੁਰਬ ਸਮੁੱਚੇ ਸਿੱਖ ਜਗਤ ਵੱਲੋਂ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ 2019 ਵਿੱਚ ਮਨਾਇਆ ਜਾ ਰਿਹਾ ਹੈ। ਇਹ ਸਮੁੱਚੇ ਸਮਾਗਮ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਤੇ ਗਏ ਹਨ ਤਾਂ ਕਿ ਸਿੱਖ ਸੰਗਤਾਂ ਦੇ ਅੰਦਰ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰਕੇ ਆਪਾਂ ਉਸ ਸ਼ਤਾਬਦੀ ਦੇ ਉੱਤੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਪਾਵਨ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਸੋ ਸਾਧ ਸੰਗਤ ਜੀ ਆਓ, ਮਨ ਦੀ ਬਿਰਤੀ ਨੂੰ ਇਕਾਗਰ ਕਰੋ। ਆਪ ਸੰਗਤਾਂ ਬੜੀ ਇਕਾਗਰਤਾ ਦੇ ਨਾਲ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਸੰਗਤਾਂ ਲੰਗਰ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹਨ। ਜਲਦੀ ਸੰਗਤਾਂ ਲੰਗਰ ਛਕ ਕੇ ਪਾਈ ਦੀਵਾਨ ਵਿੱਚ ਪਹੁੰਚੋ। ਔਰ ਜਾਣ ਲੱਗਿਆਂ ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਫਿਰ ਜਾਣਾ ਹੈ। ਇਸ ਲਈ ਕਥਾ ਦਾ ਸਮਾਂ ਬਹੁਤ ਸੀਮਿਤ ਹੈ। ਆਪਾਂ ਆ ਕਰਕੇ ਕਥਾ ਦੀ ਹਾਜ਼ਰੀ ਭਰੀਏ, ਸਤਸੰਗਤ ਦੀ ਹਾਜ਼ਰੀ ਭਰੀਏ, ਆਪਣਾ ਮਨੁੱਖਾ ਜੀਵਨ ਸਫਲ ਕਰੀਏ। ਸੋ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਕਰਵਾ ਰਹੇ ਹਨ। ਪਾਵ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਾ ਕੇ ਹਜ਼ੂਰ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਕਰਵਾਈ ਹੋਈ ਹੈ, ਜਿਸ ਸੇਵਾ ਦੇ ਵਿੱਚ ਬਹੁਤ ਦੂਰ ਦੁਰਾਡੇ ਤੋਂ ਦੇਸ਼ ਦਸਾਂਤਰਾਂ ਤੋਂ ਆਪੋ ਆਪਣੇ ਇਲਾਕਿਆਂ ਵਿੱਚੋਂ ਅਤੇ ਇਰਦ ਗਿਰਦ ਨਗਰਾਂ ਪਿੰਡਾਂ ਸ਼ਹਿਰਾਂ ਵਿੱਚੋਂ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਆ ਕੇ ਸੇਵਾ ਕਰ ਰਹੀ ਹੈ। ਕੋਈ ਇੱਟਾਂ ਢੋਂਦਾ, ਕੋਈ ਟੋਕਰੀ ਢੋਂਦਾ, ਕੋਈ ਚੂਨੇ ਦੀ ਸੇਵਾ ਕਰਦਾ, ਕੋਈ ਕਾਰੀਗਰਾਂ ਨੂੰ ਇੱਟਾਂ ਫੜਾਉਂਦਾ, ਜੋ ਜੋ ਵੀ ਸੇਵਾ ਮਿਲਦੀ ਹੈ, ਜੋ ਜੋ ਮੁਖੀ ਸਿੱਖ ਸੇਵਾ ਕਰਨ ਦੀ ਡਿਊਟੀ ਬਖਸ਼ਿਸ਼ ਕਰਦੇ ਆ, ਉੱਥੇ ਉੱਥੇ ਸੰਗਤਾਂ ਲੱਕ ਬੰਨ੍ਹ ਕੇ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਅਤੇ ਇਹ ਸਾਰੀ ਸੇਵਾ ਦੀ ਨਿਗਰਾਨੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਕਰ ਰਹੇ ਆ। ਉਹਨਾਂ ਦੀ ਅਗਵਾਈ ਵਿੱਚ ਸਾਰੀ ਸੇਵਾ ਹੋ ਰਹੀ ਹੈ।
ਸੇਵਾ ਦੌਰਾਨ ਇੱਕ ਦਿਨ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਣ ਦਾ ਸੰਕਲਪ ਕੀਤਾ ਹੈ। ਜਿਵੇਂ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਣਗੇ, ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਦੇ ਹੋਏ ਰਸਤੇ ਦੇ ਵਿੱਚ ਭਾਈ ਬਹੋੜਾ ਸਿੱਖ ਮਿਲੇਗਾ। ਉਹ ਸੁੱਤੇ ਮਹਾਨ ਰਹਿਮਤਾਂ ਕਰ ਰਹੇ ਹਨ। ਉਹ ਕਥਾ ਬੜੀ ਰਸਦਾਇਕ ਆ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਅੰਮ੍ਰਿਤਸਰ ਕੋ ਰਚਤ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਅੰਮ੍ਰਿਤ ਸਰੋਵਰ ਦੀ ਸੇਵਾ ਸਾਰੀ ਰਚਨਾ ਆਪ ਆਪਣੀ ਅਗਵਾਈ ਵਿੱਚ ਸਰੋਵਰ ਨੂੰ ਪੱਕਿਆ ਕਰਾਉਣ ਦੀ ਸੇਵਾ ਕਰਵਾ ਰਹੇ ਹਨ। ਗਮਨੇ ਗੋਇੰਦਵਾਲ, ਇੱਕ ਦਿਨ ਸੰਗਤਾਂ ਦੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਯਾਦ ਕਰਨ ਹਿੱਤ ਸਤਿਗੁਰੂ ਜੀ ਵਿੱਚੋਂ ਸੇਵਾ ਦੇ ਵਿੱਚੋਂ ਇੱਕ ਦਿਨ ਗੋਇੰਦਵਾਲ ਸਾਹਿਬ ਨੂੰ ਸਤਿਗੁਰੂ ਜੀ ਨੇ ਜਾਣ ਦੀ ਤਿਆਰੀ ਕੀਤੀ ਹੈ। ਖਾਸੇ ਪਰ ਸ੍ਰੀ ਪ੍ਰਭ ਚੜ੍ਹੇ ਪਾਲਕੀ ਦੇ ਉੱਤੇ, ਸੰਗਤਾਂ ਨੇ ਪਾਲਕੀ ਤਿਆਰ ਕਰਾ ਕੇ ਸਤਿਗੁਰੂ ਜੀ ਲਈ ਸਜਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਪਾਲਕੀ ਦੇ ਵਿੱਚ ਸਵਾਰ ਹੋਏ ਹੈ। ਸੰਗਤ ਸੰਗ ਵਿਸਾਲ, ਬਹੁਤ ਸੰਗਤਾਂ ਸਤਿਗੁਰਾਂ ਦੇ ਨਾਲ ਹਨ, ਜਿਹੜੀਆਂ ਨਾਲ ਨਾਲ ਦਰਸ਼ਨ ਕਰਨ ਵਾਸਤੇ ਤੁਰੀਆਂ ਹਨ। ਬਹੁਤ ਸੰਗਤਾਂ ਦੀ ਭੀੜ ਲੱਗੀ ਹੋਈ ਹੈ। ਚੌਪਈ ਦੇਸ਼ ਵਿਦੇਸ਼ਨ ਸੰਗਤ ਆਵੇ, ਦੇਸ਼ ਅਤੇ ਵਿਦੇਸ਼ਾਂ ਤੋਂ ਪਾਪ ਪ੍ਰਦੇਸ਼ਾਂ ਤੋਂ ਬਹੁਤ ਸੰਗਤ ਆਉਂਦੀ ਹੈ। ਦਰਸ਼ਨ ਕਰ ਮਨ ਬਾਸ਼ਤ ਪਾਵੇ, ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਇੱਛਤ, ਮਨ ਦੀਆਂ ਕਾਮਨਾਵਾਂ ਦੀ ਪ੍ਰਾਪਤੀ, ਮਨ ਇੱਛਤ ਦਾਤਾ ਪ੍ਰਾਪਤ ਕਰਦੇ ਹੈ। ਅਨਕ ਪ੍ਰਕਾਰ ਅਕੋਰ, ਆਪੋ ਆਪਣੀ ਸ਼ਰਧਾ ਮੁਤਾਬਕ ਸਾਰੇ ਭਾਵਨਾ ਨਾਲ ਜਿਹੋ ਜੀ ਕਿਸੇ ਵਿੱਚ ਸਮਰੱਥਾ, ਜਿਹੋ ਜੀ ਕਿਸੇ ਦੀ ਸ਼ਰਧਾ, ਜਿਹੋ ਜਿਹਾ ਕਿਸੇ ਦਾ ਚਾਅ ਹੈ, ਉਤਸ਼ਾਹ ਹੈ, ਉਸੇ ਉਸੇ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਸਤਿਗੁਰਾਂ ਨੂੰ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਕਰਦੇ ਹੈ। ਧਰ ਕਰ ਬੰਦਤ ਹੈ ਕਰ ਜੋਰ, ਹੱਥ ਜੋੜ ਕੇ ਸਤਿਗੁਰੂ ਜੀ ਅੱਗੇ ਆਪਣੀਆਂ ਭੇਟਾਵਾਂ, ਕੋਈ ਫਲ, ਕੋਈ ਫੁੱਲ, ਕੋਈ ਧਨ, ਕੋਈ ਵਸਤਰ, ਕੋਈ ਹੀਰੇ ਮੋਤੀ ਜਵਾਹਰਾਤ, ਕੋਈ ਮਠਿਆਈਆਂ, ਜੈਸਾ ਜੈਸਾ ਕਿਸੇ ਪਾਸ ਬਲ ਹੈ ਬਿੱਤ ਹੈ, ਉਵੇਂ ਉਵੇਂ ਆਪਣੀਆਂ ਭੇਟਾਵਾਂ ਰੱਖ ਕੇ ਅੱਗੇ ਸਤਿਗੁਰਾਂ ਨੂੰ ਮੱਥਾ ਟੇਕਦੇ, ਨਮਸਕਾਰਾਂ ਕਰਦੇ ਹੱਥ ਜੋੜ ਕੇ। ਜਾਮ ਜਾਮਨੀ ਤੇ ਗੁਰ ਜਾਗੈ, ਸਤਿਗੁਰੂ ਜੀ ਦੀ ਨਿੱਤ ਦੀ ਕਿਰਿਆ ਕੀ ਹੈ, ਨਿਯਮ ਕੀ ਹਨ, ਜਦੋਂ ਪਹਿਰ ਰਾਤ ਰਹਿ ਜਾਂਦੀ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗਦੇ ਹਨ। ਸੋਚਾ ਚਾਰ ਕਰਨ ਅਨੁਰਾਗ, ਸਰੀਰ ਦੀ ਸਾਰੀ ਅੰਮ੍ਰਿਤ ਵੇਲੇ ਦੀ ਕਿਰਿਆ ਨਿਭਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਤਨ ਕਰੁਣਾ ਬੜੇ ਪ੍ਰੇਮ ਨਾਲ ਕਰਦੇ ਹੋਏ ਕਿਰਿਆ ਕਰਕੇ ਇਸ਼ਨਾਨ ਦੀ ਤਿਆਰੀ ਕਰਦੇ ਹਨ। ਸੀਤਲ ਜਲ ਤੇ ਕਰੈ ਇਸ਼ਨਾਨ, ਠੰਡੇ ਜਲ ਨਾਲ ਸਤਿਗੁਰੂ ਜੀ ਆਪਣੇ ਸਰੀਰ ਦਾ ਇਸ਼ਨਾਨ ਕਰਦੇ ਹੈ। ਲਾਏ ਸਮਾਧ ਧਰੈ ਔਰ ਧਿਆਨ, ਵਾਹਿਗੁਰੂ ਪਰਮੇਸ਼ਰ ਆਪਣੇ ਸਵੈ ਸਰੂਪ ਦਾ ਧਿਆਨ ਧਾਰ ਕੇ ਸੱਚੇ ਪਾਤਸ਼ਾਹ ਸਮਾਧੀ ਵਿੱਚ ਚੌਂਕੜਾ ਮਾਰ ਕੇ ਬੈਠ ਜਾਂਦੇ ਆ, ਨਿਤਨੇਮ ਕਰਦੇ ਆ। ਨਿਜ ਸਰੂਪ ਮੈਂ ਤਿਰਤਾ ਕਹਾਂ, ਆਪਣਾ ਸਰੂਪ ਜੋ ਸਚਿਤ ਆਨੰਦ ਹੈ ਉਸ ਰੂਪ ਦੇ ਵਿੱਚ ਸਤਿਗੁਰੂ ਦੀ ਬਿਰਤੀ ਨੂੰ ਜੋੜ ਕੇ ਇਕਾਗਰਤਾ ਦੇ ਨਾਲ ਸਮਾਧੀ ਸਥਿਤ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਅਭਿਆਸ ਕਰਦੇ ਹੋਏ ਨਾਮ ਵਿੱਚ
ਆਪਣੇ ਸਰੂਪ ਵਿੱਚ ਸਮਾਧੀ ਜੋੜਦੇ ਹੈ। ਉਹ ਅਵਸਥਾ ਹੈ ਜਿੱਥੇ ਨਾ ਕੋਈ ਪੁੰਨ ਦਾ ਨਾ ਕੋਈ ਪਾਪ ਦਾ ਅਸਰ ਹੈ ਕਿਸੇ ਵੀ ਤਰ੍ਹਾਂ। ਚੇਤਨ ਸ਼ੁੱਧ ਅਖੰਡ ਆਨੰਦ, ਜੋ ਚੇਤਨ ਹੈ ਸ਼ੁੱਧ ਪਵਿੱਤਰ ਹੈ, ਅਖੰਡ ਖੰਡਨ ਤੋਂ ਰਹਿਤ ਹੈ, ਆਨੰਦ ਸਰੂਪ ਐਸਾ ਜੋ ਸਤ ਚਿਤ ਆਨੰਦ ਵਾਹਿਗੁਰੂ ਹੈ। ਇੱਕ ਰਸ ਆਤਮ ਸਦਾ ਮੁਕੰਦ, ਇੱਕ ਰਸ ਜੋ ਆਤਮ ਸਰੂਪ ਹੈ, ਸਦਾ ਹੀ ਮੁਕਤੀ ਦੀ ਦਾਤ ਪ੍ਰਾਪਤ ਕਰਾਉਣ ਵਾਲਾ ਹੈ। ਉਸ ਰੂਪ ਦੇ ਵਿੱਚ ਜੋ ਮੁਕਤ ਸਰੂਪ ਹੈ, ਆਪਣੇ ਆਤਮ ਸਰੂਪ ਦੇ ਵਿੱਚ ਸਤਿਗੁਰੂ ਜੀ ਧਿਆਨ ਸਥਿਤ ਕਰਦੇ ਹੈ। ਆਸਾ ਵਾਰ ਰਬਾਬੀ ਗਾਵੇ, ਹਰ ਦੀਵਾਨ ਦੇ ਵਿੱਚ ਰਬਾਬੀ ਸਿਖਾ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹੈ। ਸੰਗਤ ਸੁਣੈ ਕਲੂਖ ਨਸਾਵੇ, ਸੰਗਤਾਂ ਬਾਣੀ ਦਾ ਕੀਰਤਨ ਸੁਣਦੀਆਂ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਆਸਾ ਜੀ ਦੀ ਵਾਰ ਦੇ ਕੀਰਤਨ ਦਾ ਇੰਨਾ ਫਲ, ਇੰਨਾ ਮਹਾਤਮ ਹੈ ਕਿ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਸਾਰੇ ਪਾਪ ਨਸ ਜਾਂਦੇ ਆ, ਨਾਸ ਹੋ ਜਾਂਦੇ ਆ, ਭੱਜ ਜਾਂਦੇ ਆ। ਅਨਕ ਭਾਂਤ ਕੇ ਸੁੰਦਰ ਰਾਗ, ਔਰ ਅਨੇਕਾਂ ਤਰ੍ਹਾਂ ਦੇ ਆਸਾ ਜੀ ਦੀ ਵਾਰ ਦੇ ਨਾਲ ਨਾਲ ਸੁੰਦਰ ਰਾਗਾਂ ਦੇ ਵਿੱਚ ਮਿਲ ਬੈਠਤ ਸਿੱਖ ਜਨ ਵੱਡ ਭਾਗ, ਵੱਡਿਆਂ ਭਾਗਾਂ ਵਾਲੇ ਹੀ ਸਿੱਖ ਸੰਗਤ ਵਿੱਚ ਬੈਠ ਕੇ ਵੱਖ ਵੱਖ ਰਾਗਾਂ ਦੇ ਸ਼ਬਦਾਂ ਦਾ ਨਾਲ ਕੀਰਤਨ ਸੁਣਦੇ ਹੈ। ਪ੍ਰਭ ਸੋ ਰਾਗ ਵਿਸ਼ੈ ਵੈਰਾਗ, ਔਰ ਕੀਰਤਨ ਸੁਣ ਕੇ ਵਾਹਿਗੁਰੂ ਨਾਲ ਪ੍ਰੇਮ ਤੇ ਵਿਸ਼ਿਆਂ ਵਿਕਾਰਾਂ ਵੱਲੋਂ ਮਨ ਵਿੱਚ ਵੈਰਾਗ ਉਪਰਾਮਤਾ ਪੈਦਾ ਹੋ ਜਾਂਦੀ ਹੈ। ਉਪਜੈ ਚਿਤ ਮੈਂ ਭਗਤੀ ਲਾਗ, ਚਿਤ ਵਿੱਚ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਲਾਗ ਲੱਗ ਜਾਂਦੀ ਹੈ, ਭਗਤੀ ਕਰਨ ਦਾ ਚਾਅ ਉਤਸ਼ਾਹ ਪੈਦਾ ਹੁੰਦਾ ਹੈ। ਅੰਮ੍ਰਿਤ ਕੇ ਸਾਮੇ ਅੰਮ੍ਰਿਤ ਕਾਲ, ਅੰਮ੍ਰਿਤ ਵਰਗਾ ਮਿਠਾਸ ਨਾਲ ਭਰਿਆ ਹੋਇਆ ਅੰਮ੍ਰਿਤ ਵੇਲੇ ਦਾ ਸਮਾਂ ਹੈ ਜਿਹੜਾ ਅੰਮ੍ਰਿਤ ਵਰਗਾ ਹੈ, ਅੰਮ੍ਰਿਤ ਵਰਗੀ ਮਿਠਾਸ ਬਖਸ਼ਣ ਵਾਲਾ ਅੰਮ੍ਰਿਤ ਵੇਲੇ ਦਾ ਸਮਾਂ। ਅੱਜ ਕੱਲ ਦੇ ਸਮੇਂ ਵਿੱਚ ਕਈ ਅੰਮ੍ਰਿਤ ਵੇਲੇ ਦਾ ਬੜਾ ਖੰਡਨ ਕਰੀ ਜਾਂਦੇ ਆ, ਆਪ ਜੇ ਉੱਠਿਆ ਨਹੀਂ ਜਾਂਦਾ, ਘੱਟੋ ਘੱਟ ਗੁਰੂ ਦੀਆਂ ਪਰੰਪਰਾਵਾਂ ਦਾ ਤਾਂ ਸਨਮਾਨ ਰੱਖੋ ਨਾ, ਉਹਨਾਂ ਦੇ ਬਾਰੇ ਤਾਂ ਸੰਗਤਾਂ ਨੂੰ ਗੁੰਮਰਾਹ ਨਾ ਕਰੋ। ਇਸ ਲਈ ਅੰਮ੍ਰਿਤ ਵਰਗਾ ਐਨ ਜੀਵਨ ਵਿੱਚ ਰਸ ਆਨੰਦ ਬਖਸ਼ਣ ਵਾਲਾ ਉਹ ਅੰਮ੍ਰਿਤ ਵੇਲੇ ਦਾ ਜੋ ਸਮਾਂ ਹੈ, ਜਿਹੜੀ ਚੌਂਕੀ ਪਹੁੰਚ ਅੰਮ੍ਰਿਤ ਵੇਲੇ ਸੰਗਤਾਂ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਨੂੰ ਸੁਣ ਕੇ ਨਿਹਾਲ ਹੁੰਦੀਆਂ ਹਨ। ਹੋਰ ਹੋਤ ਸ੍ਰੀ ਅਰਜਨ ਨਾਥ, ਜਦੋਂ ਅੰਮ੍ਰਿਤ ਵੇਲੇ ਤੋਂ ਬਾਅਦ ਦਿਨ ਚੜ੍ਹਦਾ ਪੈ ਫੜਦੀ ਹੈ, ਚੰਦਨ ਤਿਲਕ ਸੁਮਾਥ, ਸਾਧ ਸੰਗਤੀ ਭੋਰ ਉਸ ਸਮੇਂ ਨੂੰ ਕਿਹਾ ਜਾਂਦਾ ਜਦੋਂ ਅਜੇ ਸੂਰਜ ਨਹੀਂ ਚੜ੍ਹਦਾ ਪਰ ਦਿਨ ਬਿਲਕੁਲ ਸਾਫ ਚਿੱਟਾ ਹੋ ਜਾਂਦਾ ਹੈ, ਉਸ ਸਮੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਸਤਕ ਉੱਤੇ ਕੁੰਕਮ ਕੇਸਰ ਅਤੇ ਚੰਦਨ ਨੂੰ ਰਗੜ ਕਰਕੇ ਮਸਤਕ ਦੇ ਉੱਤੇ ਸੋਹਣਾ ਤਿਲਕ ਸੰਗਤਾਂ ਲਾਉਂਦੀਆਂ ਹਨ। ਸੂਖਮ ਸੇਧ ਵਸਤਰ ਤਨ ਧਰੈ, ਔਰ ਸਰੀਰ ਦੇ ਉੱਤੇ ਗਰਮੀ ਦੀ ਰੁੱਤ ਵਿੱਚ ਸਤਿਗੁਰੂ ਜੀ ਬੜੇ ਸੂਖਮ ਬਰੀਕ, ਬੜੇ ਚਿੱਟੇ ਦੁੱਧ, ਚਿੱਟੇ ਦੁੱਧ ਰੰਗੇ, ਦੁੱਧ ਵਰਗੇ ਸਫੈਦ ਵਸਤਰ ਸਤਿਗੁਰੂ ਜੀ ਨਿਰੋਲ ਉੱਜਲ ਵਸਤਰ ਆਪਣੇ ਤਨ ਉੱਤੇ ਧਾਰਨ ਕਰਦੇ ਹਨ। ਬੈਠ ਵੈਰ ਸਿੱਖਨ ਅਗਹਰ, ਜਦੋਂ ਦੀਵਾਨ ਵਿੱਚ ਆਉਂਦੇ ਸੰਗਤਾਂ ਦਰਸ਼ਨ ਕਰਦੀਆਂ
ਦਰਸ਼ਨ ਕਰਨ ਵਾਲੇ ਤੇ ਮੇਰੇ ਸਤਿਗੁਰੂ ਪਾਪਾਂ ਦਾ ਨਾਸ ਕਰ ਦਿੰਦੇ ਆ, ਪਾਪਾਂ ਨੂੰ ਮੇਟ ਦਿੰਦੇ ਆ। ਐਡੀ ਵੱਡੀ ਦਰਸ਼ਨਾਂ ਦੀ ਮਹਿਮਾ ਹੈ। ਜਤਾ ਉਦੈ ਹੋਏ ਰੱਬ ਭਗਵਾਨ, ਜਿਵੇਂ ਸੂਰਜ ਭਗਵਾਨ ਆਕਾਸ਼ ਦੇ ਵਿੱਚ ਆ ਕੇ ਚੜ੍ਹ ਕੇ ਪ੍ਰਕਾਸ਼ ਕਰਦਾ ਹੈ। ਕਰੈ ਪਨੀਤ ਸੁਬੋਧ ਜਹਾਨ, ਸੁਬੋਧ ਜਿੰਨਾ ਵੀ ਸਾਰਾ ਸੰਸਾਰ ਹੈ ਨਾ ਸਾਧ ਸੰਗਤ ਜੀ, ਸਾਰੇ ਸੰਸਾਰ ਨੂੰ ਸੁਬੋਧ ਸਾਵਧਾਨ ਕਰ ਦਿੰਦਾ ਵੀ ਹੁਣ ਰਾਤ ਗੁਜ਼ਰ ਗਈ, ਦਿਨ ਚੜ੍ਹ ਗਿਆ, ਉੱਠੋ, ਕੰਮਾਂ ਕਾਰਾਂ ਧੰਦਿਆਂ ਵਿੱਚ ਲੱਗ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਰੋ। ਤਥਾ ਗੁਰੂ ਅਰਜਨ ਹੋਏ ਜਾਹਰ, ਇਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੂਰਜ ਦੀ ਤਰ੍ਹਾਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਹਨ, ਪ੍ਰਗਟ ਹਨ। ਦਰਸ਼ਨ ਸ਼ਾਂਤ ਦਿਖਾਵੇ ਬਾਹਰ, ਔਰ ਐਸੇ ਸ਼ਾਂਤੀ ਵਾਲੇ ਸੰਗਤਾਂ ਨੂੰ ਬਾਹਰ ਆ ਕੇ ਦਰਸ਼ਨ ਦਿੰਦੇ ਹੈ ਕਿ ਸੰਗਤਾਂ ਦਾ ਹਿਰਦਾ ਐਨ ਸ਼ਾਂਤੀ ਨਾਲ ਭਰ ਜਾਂਦਾ, ਤਪੇ ਹੋਏ ਮਨ ਵੀ ਠਰ ਜਾਂਦੇ ਆ, ਸ਼ੀਤਲ ਹੋ ਜਾਂਦੇ ਆ। ਗਿਆਨ ਸ਼ਬਦ ਕੋ ਮਹਿਤ ਪ੍ਰਕਾਸ਼, ਔਰ ਸ਼ਬਦਾਂ ਦਾ ਗਿਆਨ, ਸ਼ਬਦਾਂ ਦੀ ਕਥਾ, ਸ਼ਬਦਾਂ ਦਾ ਉਪਦੇਸ਼ ਸਤਿਗੁਰੂ ਮਹਾਰਾਜ ਜੀ ਸੰਗਤਾਂ ਦੇ ਵਿੱਚ ਪ੍ਰਗਟ ਕਰਦੇ ਹੈ, ਭਾਵ ਗੁਰ ਸ਼ਬਦ ਦੇ ਸਿਧਾਂਤ, ਗੁਰ ਸ਼ਬਦਾਂ ਦੀ ਬਾਣੀ ਦੀ ਕਥਾ ਸੰਗਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਬਖਸ਼ਿਸ਼ ਕਰਕੇ ਸੁਣਾਉਂਦੇ ਹੈ। ਪੰਕਜ ਕਨਤਾਸ ਪ੍ਰਕਾਸ਼, ਔਰ ਸਾਧ ਸੰਗਤ ਜੀ ਜਿਵੇਂ ਸੂਰਜ ਨੂੰ ਵੇਖ ਕੇ ਕਬਲ ਖਿੜ ਜਾਂਦਾ, ਉਧਰ ਸਤਿਗੁਰੂ ਰੂਪ ਸੂਰਜ ਦੇ ਦਰਸ਼ਨ ਕਰਕੇ ਗੁਰਸਿੱਖਾਂ ਰੂਪ ਹਿਰਦੇ ਐਨ ਕਬਲ ਦੀ ਤਰ੍ਹਾਂ ਖਿੜ ਜਾਂਦੇ ਐ। ਕਪਟ ਪਾਪ ਤਮ ਦੂਰ ਬਿਲਾਏ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਸੂਰਜ ਟਣ ਨਾਲ ਜਿਹੜਾ ਹਨੇਰਾ ਉਹ ਦੂਰ ਚਲਿਆ ਜਾਂਦਾ, ਭਾਵ ਹਨੇਰਾ ਇਸ ਧਰਤੀ ਤੇ ਨਿਰਹਿੰਦਾ ਦੂਰ ਭੱਜ ਜਾਂਦਾ ਹੈ, ਇਸੇ ਤਰ੍ਹਾਂ ਕਪਟ ਅਤੇ ਜਿਹੜੇ ਪਾਪ ਹੈ ਨਾ ਇਹ ਸਤਿਗੁਰੂ ਸੂਰਜ ਦੇ ਆਉਣ ਤੋਂ ਸਾਰੇ ਦੂਰ ਨਿਵਿਰਤ ਹੋ ਜਾਂਦੇ ਐ। ਸੰਤ ਮਦਪ ਅਤਸ਼ਹਿ ਹਰ ਖਾਏ, ਔਰ ਸੰਤ ਰੂਪ ਜਿਹੜੇ ਪੁਸ਼ਪ ਹੈ ਕਮਲਾਂ ਦੀ ਤਰ੍ਹਾਂ ਹਨ, ਉਹ ਅਤਿਅੰਤ ਉਹਨਾਂ ਦਾ ਹਿਰਦਾ, ਉਹਨਾਂ ਦੀਆਂ ਬਿਰਤੀਆਂ, ਉਹਨਾਂ ਦੀ ਅਵਸਥਾ ਖਿੜ ਜਾਂਦੀ ਹੈ। ਜਾਮ ਦਿਵਸ ਲੱਗਦੇ ਉਪਦੇਸ਼, ਸਵਾ ਪਹਿਰ ਸਤਿਗੁਰੂ ਮਹਾਰਾਜ ਜੀ ਸਵਾ ਪਹਿਰ, ਭਾਵ ਤਿੰਨ ਘੰਟੇ ਤੱਕ ਲਗਾਤਾਰ ਸੰਗਤ ਨੂੰ ਅੰਮ੍ਰਿਤ ਨਾਮ ਦਾ ਉਪਦੇਸ਼, ਗੁਰਮਤਿ ਦਾ ਉਪਦੇਸ਼, ਗੁਰਬਾਣੀ ਦੇ ਸ਼ਬਦਾਂ ਦਾ ਉਪਦੇਸ਼ ਬਖਸ਼ਿਸ਼ ਕਰਦੇ ਐ। ਨਿਜ ਸੇਵਕ ਕੇ ਕਟਹਿ ਕਲੇਸ਼, ਆਪਣੇ ਸੇਵਕਾਂ ਦੇ ਪਾਪਾਂ ਨੂੰ ਸਤਿਗੁਰੂ ਜੀ ਦੁੱਖਾਂ ਨੂੰ ਅਤੇ ਕਲੇਸ਼ਾਂ ਨੂੰ ਝਗੜਿਆਂ ਨੂੰ ਸਾਰੇ ਸੰਕਟਾਂ ਨੂੰ ਨਿਵਿਰਤ ਕਰਦੇ, ਦੂਰ ਕਰਦੇ ਐ। ਬਹਰੋ ਦੇਖ ਤਿਆਰ ਹੋਏ ਜਾਵੇ, ਇੰਨੇ ਸਮੇਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਭਾਵ ਦਿਨ ਦਾ ਲੰਗਰ ਤਿਆਰ ਹੋ ਜਾਂਦਾ ਹੈ ਸੰਗਤਾਂ ਦੇ ਛਕਣ ਵਾਸਤੇ। ਸੂਪਕਾਰ ਤਬਿਆਨ ਜਨਾਵੇ, ਆ ਕਰਕੇ ਲਾਂਗਰੀ ਸਿੰਘ ਸਤਿਗੁਰਾਂ ਨੂੰ ਦੱਸਦਾ, ਬੇਨਤੀ ਕਰਦਾ, ਗੁਰੂ ਮਹਾਰਾਜ ਜੀ ਲੰਗਰ ਤਿਆਰ ਹੈ, ਆਪ ਜੀ ਲੰਗਰ ਵਿੱਚ ਚਰਨ ਪਾਓ, ਆਪ ਵੀ ਲੰਗਰ ਛਕੋ ਤੇ ਸੰਗਤਾਂ ਨੂੰ ਵੀ ਲੰਗਰ ਛਕਣ ਦੀ ਆਗਿਆ ਬਖਸ਼ਿਸ਼ ਕਰੋ। ਇਉਂ ਲਾਂਗਰੀ ਸਿੱਖ ਆ ਕੇ ਲੰਗਰ ਦੀ ਤਿਆਰੀ ਦੀ ਖਬਰ ਦਿੰਦਾ, ਬੇਨਤੀ ਕਰਦਾ ਹੈ। ਲੈ ਸੰਗਤ ਸਗਰੀ ਕੋ ਸੰਗ, ਦੀਵਾਨ ਦੀ ਸਮਾਪਤੀ ਕਰਕੇ ਆਪਣੇ ਨਾਲ ਸਤਿਗੁਰੂ ਸਾਰੀ ਸੰਗਤ ਨੂੰ ਨਾਲ ਲੈ ਕੇ ਬੈਠਾ। ਪੰਗਤ ਲਾਏ ਅਭੰਗ, ਸਤਿਗੁਰੂ ਮਹਾਰਾਜ ਜੀ ਵੱਢਵੀਂ ਪੰਗਤ, ਅਭੰਗ ਹੁੰਦਾ ਐਨ ਵੱਢਵੀਆਂ ਪੰਗਤਾਂ, ਕਤਾਰਾਂ ਦੀਆਂ ਕਤਾਰਾਂ ਲੰਗਰ ਦੇ ਵਿੱਚ ਸਤਿਗੁਰੂ ਜੀ ਥਾਂ ਥਾਈ ਲਵਾ ਦਿੰਦੇ, ਆਪ ਵੀ ਪੰਗਤ ਵਿੱਚ ਸੱਜ ਜਾਂਦੇ ਐ। ਅੰਮ੍ਰਿਤ ਭੋਜਨ ਸਭਨ ਭੁਗਾਵੇ, ਔਰ ਸਾਰਿਆਂ ਨੂੰ ਅੰਮ੍ਰਿਤ ਵਰਗਾ ਮਿਠਾਸ ਬਖਸ਼ਣ ਵਾਲਾ, ਐਨ ਸਾਰਿਆਂ ਨੂੰ ਆਨੰਦ ਬਖਸ਼ਣ ਵਾਲਾ, 36 ਪ੍ਰਕਾਰ ਦੇ ਭੋਜਨਾਂ ਦੇ ਸਹਿਤ
ਸਾਰਿਆਂ ਨੂੰ ਲੰਗਰ ਛਕਾਉਂਦੇ ਆ। ਉਠਿਆ ਪ੍ਰਭੂ ਜਬ ਸਭ ਤ੍ਰਿਪਤਾਵਾ, ਜਦੋਂ ਸਾਰੇ ਐਨ ਚੰਗੀ ਤਰ੍ਹਾਂ ਪ੍ਰੇਮ ਨਾਲ ਲੰਗਰ ਛਕ ਕੇ ਤ੍ਰਿਪਤ ਹੋ ਜਾਂਦੇ ਆ, ਰੱਜ ਜਾਂਦੇ ਆ, ਸਾਰਿਆਂ ਦੇ ਹੱਥ ਸੁੱਚੇ ਕਰਾਏ ਜਾਂਦੇ ਆ, ਫੇਰ ਸਤਿਗੁਰੂ ਜੀ ਚੋਲਾ ਪੜ ਕੇ ਆਪ ਵੀ ਉੱਠਦੇ ਆ, ਸੰਗਤਾਂ ਵੀ ਉੱਠਦੀਆਂ ਹਨ। ਲਿਟੈ ਪੁਨ ਪ੍ਰਿਅੰਕ ਪਰ ਜਾਏ, ਫੇਰ ਸਤਿਗੁਰੂ ਜੀ ਕੁਝ ਸਮੇਂ ਲਈ ਲੰਗਰ ਦਿਨ ਦਾ ਛਕਣ ਤੋਂ ਬਾਅਦ ਪਲੰਘ ਦੇ ਉੱਤੇ ਜਾ ਕੇ ਲੇਟ ਜਾਂਦੇ, ਆਰਾਮ ਵਿੱਚ ਚਲੇ ਜਾਂਦੇ ਆ। ਕਿਤਕ ਸਮੇਂ ਸੁਪਤੈ ਸੁਖ ਪਾਏ, ਸਰੀਰ ਦੇ ਆਰਾਮ ਲਈ ਥੋੜਾ ਸਮਾਂ ਸਤਿਗੁਰੂ ਜੀ ਨੀਂਦ ਲੈ ਕੇ ਸੁਖ ਦੇ ਸਹਿਤ ਬਰਾਡਣਾ ਕਰਦੇ ਹਨ। ਘਰੇ ਦਿਵਸ ਜਬ ਉੱਠ ਪੋ ਕਰ, ਜਦੋਂ ਦਿਨ ਢਲ ਜਾਂਦਾ ਫੇਰ ਉੱਠਦੇ ਆ ਸਤਿਗੁਰੂ ਜੀ। ਸਨਾ ਸਨਾ ਪੁਨ ਸੁਚਤਾ ਧਰ, ਫਿਰ ਹੌਲੀ ਹੌਲੀ ਪ੍ਰੇਮ ਨਾਲ ਸਰੀਰ ਦੀ ਸਾਰੀ ਕਿਰਿਆ ਇਸ਼ਨਾਨ ਆਦਿ ਕਰਕੇ ਹੋਰ ਸੁੰਦਰ ਨਵੇਂ ਵਸਤਰ ਧਾਰਨ ਕਰਕੇ ਕਿਤਕ ਘੜੀ ਤਬ ਕਥਾ ਸੁਣੰਤੇ, ਦੀਵਾਨ ਵਿੱਚ ਆ ਕੇ ਕਿੰਨੀਆਂ ਕੁ ਘੜੀਆਂ ਸਤਿਗੁਰੂ ਜੀ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸੁਣਦੇ ਆ ਗੁਰਸਿੱਖਾਂ ਤੋਂ, ਗੁਰਬਾਣੀ ਦੀ ਵੀ ਔਰ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਇਤਿਹਾਸ ਦੀ ਕਥਾ ਅਤੇ ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਇਹ ਸਾਰੀ ਕਥਾ ਸਤਿਗੁਰੂ ਜੀ ਗੁਰਸਿੱਖਾਂ ਤੋਂ ਸੁਣਦੇ ਆ, ਸੰਗਤਾਂ ਵੀ ਸੁਣਦੀਆਂ ਹਨ। ਭਗਤ ਸੋ ਬ੍ਰਹਮ ਗਿਆਨ ਨਿਰਨੰਤੇ, ਭਗਤੀ ਅਤੇ ਬ੍ਰਹਮ ਗਿਆਨ ਦਾ ਜਿੱਥੇ ਜਿੱਥੇ ਵਿਚਾਰ ਆਉਂਦਾ ਉੱਥੇ ਉੱਥੇ ਸਤਿਗੁਰੂ ਫਿਰ ਆਪ ਨਿਰਣਾ ਕਰਕੇ ਸੰਗਤਾਂ ਨੂੰ ਸਮਝਾਉਂਦੇ ਆ। ਹੁਣ ਕੀਰਤਨ ਕੋ ਵੇਲਾ ਹੋਵੇ, ਫਿਰ ਸੰਧਿਆ ਵੇਲੇ ਕੀਰਤਨ ਦਾ ਸਮਾਂ ਹੋ ਜਾਂਦਾ ਹੈ। ਧਰੇ ਪ੍ਰੇਮ ਸੁਣਤੇ ਸਭ ਕੋਏ, ਸਾਰੇ ਪ੍ਰੇਮ ਧਾਰ ਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦੇ ਆ ਹਰ ਕੋਈ। ਸਤ ਸੰਗਤ ਕਰਤੇ ਬਹੁ ਕਾਲ, ਬਹੁਤ ਸਮਾਂ ਸਤਿਗੁਰੂ ਜੀ ਵੀ ਅਤੇ ਸੰਗਤਾਂ ਵੀ ਸਤਸੰਗਤ ਦੇ ਵਿੱਚ ਬੈਠ ਕੇ ਸਮਾਂ ਗੁਜ਼ਾਰਦੇ ਆ। ਦਰਸ਼ਨ ਕੇ ਜਮ ਜਾਲ, ਔਰ ਸੇਵਕਾਂ ਦੇ ਵੀ ਜਮਾਂ ਦੇ ਜਾਲ, ਜਮਾਂ ਦੇ ਬੰਧਨ ਜਿਹੜੇ ਆ ਉਹ ਐਨ ਕੱਟੀ ਜਾਂਦੇ ਆ, ਜੰਮਣ ਮਰਨ ਤੋਂ ਮੁਕਤ ਕਰਦੇ ਆ। ਜਾਮ ਜਾਮ ਨੀ ਉੱਠ ਉਪਦੇਸ਼ਾ, ਔਰ ਸਾਧ ਸੰਗਤ ਜੀ ਪਹਿਰ ਰਾਤ ਗਈ ਤੋਂ ਫੇਰ ਉੱਠਦੇ ਆ, ਸੰਗਤਾਂ ਨੂੰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਜਦੋਂ ਪਹਿਰ ਰਾਤ ਗੁਜ਼ਰ ਜਾਂਦੀ ਹੈ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਕਰਾ ਕੇ ਫੇਰ ਉੱਠਦੇ ਹਨ ਦੀਵਾਨ ਵਿੱਚੋਂ। ਸਿੱਖਨ ਬਖਸ਼ਿਸ਼ ਹੋਤ ਵਿਸ਼ੇਸ਼, ਸਿੱਖਾਂ ਨੂੰ ਵਿਸ਼ੇਸ਼ ਬਖਸ਼ਿਸ਼ਾਂ ਵੀ ਕਰਦੇ ਆ, ਜਿਹੜਾ ਕੋਈ ਵਿਸ਼ੇਸ਼ ਦਾਤਾ ਮੰਗਦਾ ਜਾਂ ਜਿਹੜਾ ਸੇਵਾ ਕਰਦਾ ਆਗਿਆ ਵਿੱਚ ਰਹਿ ਕੇ ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਹਨ, ਦਾਤਾਂ ਦੇ ਕੇ ਸੱਚੇ ਪਾਤਸ਼ਾਹ ਨਿਹਾਲ ਕਰਦੇ ਆ। ਰਿੱਧ ਸਿੱਧ ਨੌ ਨਿੱਤ ਖਰੀ ਹੈ, ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਹੱਥ ਜੋੜ ਕੇ ਮੇਰੇ ਸਤਿਗੁਰੂ ਜੀ ਦੇ ਦਰ ਤੇ ਹੱਥ ਜੋੜ ਕੇ ਹਮੇਸ਼ਾ ਹਾਜ਼ਰ ਹੋ ਕੇ ਖੜੀਆਂ ਰਹਿੰਦੀਆਂ ਹਨ। ਸੱਚੇ ਪਾਤਸ਼ਾਹ ਸਾਨੂੰ ਆਪਣੇ ਘਰ ਦੀ ਸੇਵਾ ਵਿੱਚ ਲਾਓ, ਅਸੀਂ ਵੀ ਸਫਲ ਹੋ ਜਾਈਏ। ਇਉਂ ਸਾਧ ਸੰਗਤ ਦੀ ਰਿੱਧੀਆਂ ਅੰਨ ਦੀ ਅਤੋੜਤਾ, ਸਿੱਧੀਆਂ ਸ਼ਕਤੀਆਂ, ਨੌ ਨਿਧੀਆਂ ਜਿਹੜੇ ਵੱਡੇ ਵੱਡੇ ਖਜ਼ਾਨੇ ਆ, ਇਹ ਸਾਰੇ ਹੀ ਅਸਨ ਵਸਨ ਭੂ ਕਣਕ ਪੁੰਨ ਦਾਸੀ ਚੌਂਪ ਗੁਲਾਮ ਰਥਵਾਹੇ ਹੰਡਵਾਹੇ ਜਾਨੀਏ ਯਹਿ ਨਵ ਨਿਧ ਕੇ ਨਾਮ। ਇਹ ਨੌ ਨਿਧੀਆਂ ਸਤਿਗੁਰੂ ਦੇ ਦਰ ਤੇ ਹਮੇਸ਼ਾ ਖੜੀਆਂ ਰਹਿੰਦੀਆਂ ਹੱਥ ਜੋੜ ਕੇ। ਦੇਤ ਸੋ ਜਿਸ ਪਰ ਕਿਰਪਾ ਕਰੀ ਹੈ, ਜੇ ਕੋਈ ਮੰਗਦਾ ਕਿਰਪਾ ਦੇ ਘਰ ਵਿੱਚ ਆ ਕੇ ਰਿੱਧੀਆਂ ਵਾਲਿਆਂ ਨੂੰ ਰਿੱਧੀਆਂ, ਸਿੱਧੀਆਂ ਵਾਲਿਆਂ ਨੂੰ ਸਿੱਧੀਆਂ, ਨਿਧੀਆਂ ਵਾਲਿਆਂ ਨੂੰ ਨਿਧੀਆਂ ਦੇ ਖਜ਼ਾਨੇ ਬਖਸ਼ ਦਿੰਦੇ ਆ। ਪ੍ਰੇਮ ਕਾ ਆਤਮ ਗਿਆਨ, ਜਿਹੜਾ ਭਗਤੀ ਦਾ ਪ੍ਰੇਮ ਅਤੇ ਆਤਮ ਸਰੂਪ ਬ੍ਰਹਮ ਗਿਆਨ ਦੀ ਦਾਤ ਮੰਗਦਾ, ਭਗਤੀ ਵਾਲਿਆਂ ਨੂੰ ਪ੍ਰੇਮਾ ਭਗਤੀ
ਬ੍ਰਹਮ ਗਿਆਨ ਦੀਆਂ ਦਾਤਾਂ ਵਾਲਿਆਂ ਨੂੰ ਬ੍ਰਹਮ ਗਿਆਨਾਂ ਬ੍ਰਹਮ ਗਿਆਨ ਦੀਆਂ ਵੀ ਦਾਤਾਂ ਬਖਸ਼ਦੇ ਐ। ਬਾਬਾ ਆਪਣੇ ਬੰਧਨ ਹਾਨ ਔਰ ਸਤਿਗੁਰੂ ਜੀ ਦੇ ਦਰ ਤੋਂ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਦੀ ਜੰਮਣ ਮਰਨ ਦੇ ਬੰਧਨਾਂ ਨੂੰ ਹੇਠ ਲੈਂਦੇ ਨਾਸ਼ ਕਰ ਲੈਂਦੇ ਐ। ਨਾਮ ਬਹੋੜਾ ਜਾਤ ਸੁਨਾਰ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਭਾਈ ਬਹੋੜਾ ਸੁਨਿਆਰ ਜਾਤੀ ਹੈ। ਸੋਨੇ ਦੇ ਗਹਿਣੇ ਘੜ ਘੜ ਕੇ ਵੇਚਦਾ ਆਪਣੀ ਦੁਕਾਨ ਤੇ ਸੁਨਿਆਰ ਜਾਤੀ ਦਾ ਭਾਈ ਬਹੋੜਾ ਜਿਹੜਾ ਸਿੱਖ ਹੈ। ਆਨ ਪਹੁੰਚੋ ਗੁਰਦਰਬਾਰ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ। ਪ੍ਰੇਮ ਸਾਥ ਦਰਸ਼ਨ ਕੋ ਕੀਨਾ ਬਹੁਤ ਪ੍ਰੇਮ ਦੇ ਸੰਯੁਕਤ ਹੋ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੈ। ਮਸਤਕ ਪਗ ਪੰਕਜ ਧਰ ਦੀਨਾ ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਰੱਖਿਆ ਬੜੀ ਸ਼ਰਧਾ ਨਾਲ ਨਮਸਕਾਰ ਕੀਤੀ ਹੈ। ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਓ ਬਹੁਤੀ ਸ਼ਰਧਾ ਨਾਲ ਮੱਥਾ ਟੇਕਣਾ ਚਾਹੀਦਾ। ਆਪਣੀ ਭੇਟਾ ਚਲਾ ਕੇ ਨਹੀਂ ਮਾਰਨੀ, ਦੋਨੋਂ ਹੱਥਾਂ ਨਾਲ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਕਿ ਸਤਿਗੁਰੂ ਜੀ ਦੇ ਚਰਨਾਂ 'ਚ ਮੈਂ ਮੱਥਾ ਟੇਕ ਰਿਹਾ ਹਾਂ। ਸ਼ਰਧਾ ਨਾਲ ਦੋਨੋਂ ਹੱਥਾਂ ਨਾਲ ਆਪਣੀ ਭੇਟਾ ਰੱਖ ਕੇ ਮਸਤਕ ਲਾ ਕੇ ਧਰਤੀ 'ਤੇ ਮੱਥਾ ਟੇਕਣਾ। ਇਉਂ ਸ਼ਰਧਾ ਨਾਲ ਨਮਸਕਾਰ ਕੀਤੀ, ਮੱਥਾ ਟੇਕਿਆ। ਖਰੋ ਰਹਿਓ ਦੇਖਤ ਚਿਰਕਾਲ ਸਤਿਗੁਰੂ ਜੀ ਦਾ ਸਰੂਪ ਇਤਨਾ ਸੁੰਦਰ ਹੈ, ਤ੍ਰਿਲੋਕੀ ਨੂੰ ਇਤਨੀ ਖਿੱਚ ਪਾਉਂਦਾ। ਕਿੰਨਾ ਹੀ ਸਮਾਂ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਰਿਹਾ ਖੜਾ ਹੋ ਕੇ, ਇੰਨਾ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਆਨੰਦ ਆਇਆ। ਸੁਧ ਬੁੱਧੀ ਖੋ ਬੈਠਾ ਦਰਸ਼ਨੀ ਕਰਦਾ ਰਿਹਾ। ਕਿਰਪਾ ਧਾਰ ਪੂਜੋ ਸੁਕਿਰਪਾਲ ਕਿਰਪਾਲੂ ਸਤਿਗੁਰੂ ਜੀ ਨੂੰ ਹੱਥ ਜੁੜੇ ਹੋਏ ਨੂੰ ਵੇਖ ਕੇ ਕਿ ਲੰਮਾ ਸਮਾਂ ਹੋ ਗਿਆ ਦਰਸ਼ਨ ਕਰਦੇ ਨੂੰ, ਤਾਂ ਆਪ ਸਤਿਗੁਰੂ ਜੀ ਨੇ ਪੁੱਛਿਆ ਇਸ ਨੂੰ, ਅਹੋ ਬਹੋੜਾ ਸਾਚੀ ਕਹੀ ਹੈ। ਇਹ ਭਾਈ ਬਹੋੜੇ ਤੂੰ ਦਰਸ਼ਨ ਕਰਨ ਵਾਸਤੇ ਆਇਆ, ਆਪਣੇ ਜੀਵਨ ਦੀ ਵਿਥਿਆ ਸੱਚੀ ਸੱਚੀ ਕਹਿ ਕੇ ਦੱਸ, ਝੂਠ ਨਾ ਬੋਲੀ। ਬੋਲੀਆ ਬੋਲੀਆ ਸੱਚ ਧਰਮ, ਝੂਠ ਨਾ ਬੋਲੀਐ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਗੁਰੂ ਦੇ ਪਾਸ ਕਦੇ ਝੂਠ ਨਹੀਂ ਬੋਲਣਾ, ਸੱਚੀ ਸੱਚੀ ਆਪਣੀ ਜੋ ਵੀ ਤੇਰਾ ਜੀਵਨ ਦਾ ਨਿਰਵਾਹ ਹੈ, ਜੀਵਨ ਦਾ ਕਿਰਿਆ ਕਰਮ ਹੈ, ਸੱਚੀ ਸੱਚੀ ਸਾਰੀ ਆਪਣੀ ਵਾਰਤਾ ਕਹਿਣਾ ਕਰ। ਨਹੀਂ ਦੁਰਾਵਨ ਕੋ ਚਿਤ ਚਾਹੀਏ, ਚਾਹ ਕੇ ਵੀ ਚਿੱਤ ਵਿੱਚ, ਸੋਚ ਕੇ ਵੀ ਚਿੱਤ ਵਿੱਚ ਕੋਈ ਗੱਲ ਸਾਡੇ ਤੋਂ ਲੁਕਾ ਕੇ ਅਤੇ ਛੁਪਾ ਕੇ ਨਹੀਂ ਰੱਖਣੀ। ਸੱਚਾ ਸੱਚਾ ਵਚਨ, ਸੱਚੀ ਸੱਚੀ ਵਿਥਿਆ ਬੋਲ ਕੇ ਦੱਸਣੀ ਹੈ। ਕਾਲ ਬਤਾਵੋ ਕੌਣ ਪ੍ਰਕਾਰ ਆਪਣੀ ਜ਼ਿੰਦਗੀ ਦਾ ਜਿਹੜਾ ਕਾਲ ਸਮਾਂ ਉਹ ਕਿਸ ਢੰਗ ਦੇ ਨਾਲ ਤੂੰ ਬਤੀਤ ਕਰਦਾ ਹੈ ਸਾਨੂੰ ਦੱਸਣਾ ਕਰ। ਕੌਣ ਕਿਰਤ ਕਰ ਕਰੋ ਆਹਾਰ ਔਰ ਕਿਹੜੀ ਕਿਰਤ ਕਰਦਾ ਜਿਸ ਕਰਕੇ ਜਿਸ ਕਿਰਤ ਦੇ ਮਾਧਿਅਮ ਦੇ ਨਾਲ ਤੂੰ ਭੋਜਨ ਅੰਨ ਆਦਿਕ ਆਦਿ ਆਦਿ ਆਹਾਰ ਕਰਨਾ, ਭਾਵ ਰੋਜੀ ਰਿੜਕ ਤੇਰਾ ਕਿਵੇਂ ਚੱਲਦਾ, ਕਿਹੋ ਜਿਹੀ ਕਿਰਤ ਨਾਲ ਆਪਣਾ ਅੰਨ ਆਦਿਕ ਦਾ ਨਿਰਵਾਹ ਕਰਦਾ ਹੈ। ਜਬ ਸ਼੍ਰੀ ਅਰਜਨ ਬੂਝੀ ਬਾਤ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਪੁੱਛਿਆ, ਸੁਖ ਚਿਤ ਭਾਕਤ ਕੰਪਤ ਗਾਤ ਸਰੀਰ ਕੰਬਣ ਲੱਗ ਗਿਆ ਅਤੇ ਸਤਿਗੁਰੂ ਜੀ ਦੇ ਅੱਗੇ ਸਾਧ ਸੰਗਤ ਜੀ ਕੋਈ ਬਚਨ ਨਹੀਂ ਆਉਂਦਾ। ਬਹੁਤਾ ਹੀ ਸੰਕੋਚ ਕਰਦਾ ਹੈ, ਡਰਦਾ ਹੈ, ਭੈ ਭੀਤ ਹੁੰਦਾ ਹੈ ਮਨ ਵਿੱਚ। ਰਾਤ ਜੋਰ ਅਰਦਾਸ ਬਖਾਨੀ ਪਰ ਸਤਿਗੁਰਾਂ ਨੇ ਕਿਹਾ ਸੱਚੀ ਸੱਚੀ ਆਪਣੀ ਹਾਲਤ ਬਿਆਨ ਕਰ ਦੱਸ। ਫਿਰ ਇਹਨੇ ਸਤਿਗੁਰਾਂ ਦਾ ਭੈ ਮਨ ਵਿੱਚ ਰੱਖ ਕੇ, ਡਰ ਰੱਖ ਕੇ
ਕਿ ਸਤਿਗੁਰੂ ਜੀ ਜਾਣੀ ਜਾਣ ਹੈ, ਸਤਿਗੁਰੂ ਤੋਂ ਕੁਝ ਲੁਕਿਆ ਛਿਪਿਆ ਨਹੀਂ। ਮੇਰੇ ਮਨ ਦੀ ਹਰ ਗੁਪਤ ਤੋਂ ਗੁਪਤ ਗੱਲ ਨੂੰ, ਮੇਰੇ ਮਨ ਦੀ ਹਰ ਹਾਲਤ ਨੂੰ ਸਤਿਗੁਰੂ ਜਾਣਦੇ ਹੈ। ਹੱਥ ਜੋੜ ਕੇ ਇਸ ਨੇ ਡਰਦਿਆਂ ਡਰਦਿਆਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸ੍ਰੀ ਸਤਿਗੁਰ ਸਭ ਘਟ ਕੇ ਜਾਨੀ, ਇਹ ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਮਨ ਦੀਆਂ, ਸਾਰਿਆਂ ਦੇ ਹਿਰਦਿਆਂ ਦੀਆਂ ਗੁਪਤ ਗੱਲਾਂ ਨੂੰ ਵੀ ਜਾਣਦੇ ਹੋ। ਕਿਰਤ ਸੁਨਾਰੇ ਕੀ ਮੈਂ ਕਰਾਂ, ਮੈਂ ਸੁਨਿਆਰ ਹੈ, ਸੋਨੇ ਦਾ ਕੰਮ ਕਰਨ ਵਾਲਾ ਹਾਂ, ਗਹਿਣੇ ਘੜ ਘੜ ਕੇ ਵੇਚਦਾ ਹਾਂ। ਸੱਚੇ ਪਾਤਸ਼ਾਹ ਮੇਰੀ ਸੋਨੇ ਦਾ ਕੰਮ ਕਰਨ ਵਾਲੀ ਸੁਨਿਆਰਿਆਂ ਵਾਲੀ ਕਿਰਤ ਹੈ। ਕਾਲ ਬਿਤਾਵਾਂ ਉਧਰ ਸੋ ਭਰ ਹਾਂ, ਆਪਣਾ ਸਾਰਾ ਸਮਾਂ ਸਤਿਗੁਰੂ ਜੀ ਸੋਨੇ ਦੇ ਗਹਿਣੇ ਘੜ ਘੜ ਕੇ ਵੇਚਦਾ, ਇਸ ਤਰ੍ਹਾਂ ਦੁਕਾਨ ਤੇ ਬੈਠ ਕੇ ਸੋਨੇ ਦਾ ਲੈਣ ਦੇਣ ਕਰਦਾ ਹੋਇਆ, ਗਹਿਣੇ ਘੜ ਕੇ ਬਣਾ ਕੇ ਦਿੰਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ, ਆਪਣੇ ਜੀਵਨ ਦਾ ਸਮਾਂ ਗੁਜ਼ਾਰਦਾ, ਤੇ ਉਸੇ ਕਿਰਤ ਦੇ ਪੈਸੇ ਨਾਲ ਆਪਣਾ ਪੇਟ ਭਰਦਾ ਹਾਂ ਅਤੇ ਪਰਿਵਾਰ ਨੂੰ ਵੀ ਪਾਲਦਾ ਹਾਂ। ਗੁਰ ਕਹਿਓ ਕਿਰਤ ਕਰ ਕੋਈ, ਮਹਾਰਾਜ ਅੱਗੋਂ ਕਹਿਣ ਲੱਗੇ ਕਿਰਤ ਕੋਈ ਵੀ ਕਰੋ, ਜਿਹੋ ਜੀ ਵਾਹਿਗੁਰੂ ਨੇ ਕਿਰਤ ਦੇ, ਕੋਈ ਵਪਾਰ ਕਰੇ, ਕੋਈ ਦੁਕਾਨਦਾਰੀ ਕਰੇ, ਕੋਈ ਚੌਕਰੀ ਕਰੇ, ਕੋਈ ਹਲ ਵਾਹਵੇ, ਜਿਹੋ ਜੀ ਵੀ ਕੋਈ ਕਿਰਤ ਕਰਦਾ ਕਰੇ ਆਪਣੇ ਧਰਮ ਮੁਤਾਬਕ, ਧਰਮ ਸਮੇਤ ਨਿਰਬਾਹ ਸੋਈ। ਪਰ ਕਿਰਤ ਧਰਮ ਦੇ ਸਹਿਤ ਹੋਣੀ ਚਾਹੀਦੀ ਹੈ। ਕਿਰਤ ਦੇ ਵਿੱਚ ਕਪਟ, ਧੋਖਾ, ਇਸੇ ਤਰ੍ਹਾਂ ਪਾਪ ਦੀ ਕਮਾਈ, ਇਹ ਧਰਮ ਦੀ ਕਿਰਤ ਵਿੱਚ ਨਹੀਂ ਹੋਣਾ ਚਾਹੀਦਾ। ਜਿਹੜਾ ਨਿਰਵਾਹ ਕਰਨਾ ਉਹ ਧਰਮ ਦੀ ਕਿਰਤ ਦੇ ਸਹਿਤ, ਸੱਚੀ ਸੁੱਚੀ ਧਰਮ ਦੀ ਕਿਰਤ ਕਰੇ, ਇਮਾਨਦਾਰੀ ਦੇ ਨਾਲ ਕਰੇ। ਕਪਟ ਵਿਹੀਨ ਜੀਵ ਕਾ ਕਰੇ, ਕਿਸੇ ਨੂੰ ਧੋਖਾ ਨਾ ਦੇਵੇ, ਕਿਸੇ ਨਾਲ ਛਲ ਨਾ ਕਰੇ, ਕਪਟ ਤੋਂ ਰਹਿਤ ਹੋ ਕੇ ਆਪਣੀ ਉਪਜੀਵਿਕਾ ਨੂੰ ਚਲਾਉਣਾ ਕਰੇ। ਪਰ ਕੀ ਵਸਤ ਸਪਾਏ ਨਾ ਧਰੇ, ਰਾਇਆਂ ਦੀਆਂ ਵਸਤੂਆਂ ਲੁਕਾ ਕੇ ਨਾ ਆਪਣੇ ਕੋਲੇ ਰੱਖੀ ਜਾਵੇ, ਤੇ ਉਹਨਾਂ ਨੂੰ ਜਾਲੀ ਬਣਾ ਬਣਾ ਕੇ ਦੇਈ ਜਾਵੇ, ਅਸਲੀ ਮਾਲ ਲੁਕੋ ਕੇ ਰੱਖ ਲਵੇ ਜਾਂ ਖੋਟ ਰਲਾ ਕੇ ਨਾ ਦੇਵੇ। ਜਿਸ ਮੈਂ ਪਾਟ ਪ੍ਰਭੂ ਹਿਤ ਖਾਵੇ, ਔਰ ਜਿਹੜੀ ਧਰਮ ਦੀ ਕਿਰਤ ਕਰੇ, ਜਿੰਨਾ ਉਹਦੇ ਵਿੱਚੋਂ ਨਫ਼ਾ ਹੋਵੇ ਉਹਨੂੰ ਲੁਕਾਵੇ ਨਾ, ਗੁਰੂ ਦਾ ਦਸਵੰਧ ਗੁਰੂ ਦੇ ਨਿਮਿੱਤ ਦੇਵੇ, ਉਹ ਲੁਕਾਉਣਾ ਨਾ ਕਰੇ। ਇਸ ਕਰਕੇ ਵੰਡ ਕੇ ਛਕੇ, ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ। ਤਿਸ ਕੋ ਔਰ ਨਿਰਮਲ ਹੋਏ ਜਤ ਜਾਵੇ, ਜਿਹੜਾ ਧਰਮ ਦੀ ਕਿਰਤ ਕਰਦਾ, ਦਸਵੰਧ ਦੰਤਾ ਵੰਡ ਕੇ ਛਕਦਾ, ਮਹਾਰਾ ਕਹਿੰਦੇ ਉਹਦਾ ਹਿਰਦਾ ਨਿਰਮਲ ਹੋ ਜਾਂਦਾ, ਭਾਵ ਹਿਰਦਾ ਪਵਿੱਤਰ ਹੋ ਜਾਂਦਾ, ਮਨ ਦੀਆਂ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਬੇਨਤੀ ਜੁਗਤ ਬਹੋੜੇ ਕਹਿਓ, ਉਸ ਵਕਤ ਬੇਨਤੀ ਦੇ ਸਹਿਤ ਬਹੋੜੇ ਨੇ ਜਦੋਂ ਬਚਨ ਸੁਣੇ ਡਰ ਗਿਆ, ਭੈ ਭੀਤ ਹੋ ਗਿਆ ਕਿ ਮੈਂ ਝੂਠ ਨਹੀਂ ਬੋਲਣਾ, ਹੱਥ ਜੋੜ ਕੇ ਸਤਿਗੁਰਾਂ ਨੂੰ ਸਾਫ ਸਾਫ ਸੱਚੀ ਸੱਚੀ ਗੱਲ ਦੱਸ ਦਿੱਤੀ। ਕੰਪਤ ਲੋਚਨ ਤੇ ਜਲ ਬਹਿਓ, ਸਰੀਰ ਕੰਬਦਾ ਤੇ ਅੱਖਾਂ ਵਿੱਚੋਂ ਪਾਣੀ ਵਗਦਾ ਹੈ, ਪਾਸ਼ਚਾਤਾਪ ਦੇ ਅਥਰੂ ਅੱਖਾਂ ਦੇ ਵਿੱਚ ਆ ਗਏ ਕਿ ਮੈਂ ਤਾਂ ਧਰਮ ਦੀ ਕਿਰਤ ਨਹੀਂ ਕਰਦਾ, ਮੈਂ ਤਾਂ ਹੀਰਾ ਫੇਰੀ ਕਰਦਾ ਔਰ ਸਹੀ ਸਹੀ ਨਿਆਂ ਨਹੀਂ ਕਰਦਾ ਆਪਣੇ ਗਾਹਕ ਦੇ ਨਾਲ। ਇਉਂ ਮਨ ਵਿੱਚ ਪਾਪਾਂ ਤੋਂ ਡਰ ਗਿਆ, ਪਾਪਾਂ ਨੇ ਡਰਾਇਆ, ਇਉਂ ਭੈਭੀਤ ਹੋ ਕੇ ਕੰਬਦੇ ਹੋਏ ਨੇ ਅੱਖਾਂ ਵਿੱਚ ਅਥਰੂ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ। ਹੇ ਸਤਿਗੁਰ ਮੈਂ ਮਹਾ ਅਧਰਮੀ, ਹੇ ਸਤਿਗੁਰੂ ਜੀ ਮੈਂ ਤਾਂ ਬਹੁਤ ਵੱਡਾ ਪਾਪੀ ਹਾਂ।
ਪਾਪ ਕਿਰਤ ਨਿਤ ਕਰੋ ਕੁਕਰਮੀ। ਮੈਂ ਤਾਂ ਪਾਪ ਦੀ ਕਿਰਤ ਕਰਦਾ ਹਮੇਸ਼ਾ ਹੀ, ਇਹ ਖੋਟੇ ਕਰਮ ਮੇਰੇ ਕੋਲੋਂ ਹੁੰਦੇ ਆ ਨਿਤਾ ਪ੍ਰਤੀ। ਮਾਤ ਪਿਤਾ ਦ ਕਰਾਵੇ ਘਾਟ, ਇਹ ਮਾਤਾ ਪਿਤਾ ਵੀ ਮੇਰੇ ਕੋਲੋਂ ਗਹਿਣੇ ਕਢਾਉਂਦੇ ਆ, ਬਣਾਉਂਦੇ ਆ ਨਾ ਸੋਨੇ ਦੇ। ਚੌਥੋ ਭਾਗ ਲਿਓ ਮੈਂ ਕਾਟ, ਉਹਨਾਂ ਵਿੱਚੋਂ ਵੀ ਚੌਥਾ ਹਿੱਸਾ ਕਾਟ ਕੱਟ ਲੈਣਾ, ਉਹਨਾਂ ਨਾਲ ਵੀ ਲਿਹਾਜ਼ ਨਹੀਂ ਕਰਦਾ। ਜੇ ਮਾਂ ਬਾਪ ਵੀ ਸੋਨੇ ਚਾਂਦੀ ਦੇ ਗਹਿਣੇ ਕਢਾਉਣ ਤਾਂ ਉਹਨਾਂ ਨਾਲ ਵੀ ਕਦੇ ਮੈਂ ਲਿਹਾਜ਼ ਨਹੀਂ ਕੀਤੀ। ਆਪਣੇ ਜੀਵਨ ਵਿੱਚ ਐਡਾ ਵੱਡਾ ਪਾਪੀ ਹਾਂ, ਅਵਰਨ ਕੀ ਗਿਣਤੀ ਕੋ ਹੈ, ਹੋਰਾਂ ਲੋਕਾਂ ਦੀ ਕੀ ਗਿਣਤੀ ਹੈ, ਮੈਂ ਹੋਰਾਂ ਨਾਲ ਕੀ ਲਿਹਾਜ਼ ਕਰਾਂਗਾ। ਜੋ ਬਣ ਜਾਏ ਸੋ ਲਿਓ ਤੇ ਤੋ ਹੈ, ਜੋ ਬਣ ਜਾਂਦਾ ਜੋ ਬਣਦਾ ਉਸ ਨਾਲੋਂ ਤਿੰਨ ਗੁਣਾ ਵੱਧ ਮੈਂ ਲੈਣਾ। ਮਹਾਰਾਜ ਬਣਦਾ ਤਾਂ ਇੱਕ ਹਿੱਸਾ, ਤਿੰਨ ਗੁਣਾ ਵੱਧ ਕਾਟ ਲਾਉਣਾ ਮੈਂ ਗਹਿਣਿਆਂ ਦੇ ਵਿੱਚ। ਧਰਮ ਅਧਰਮ ਜਾਣਾ ਕੋਈ, ਧਰਮ ਅਤੇ ਧਰਮ ਨੂੰ ਮੈਂ ਨਹੀਂ ਜਾਣਦਾ, ਇੰਨੀ ਮੇਰੀ ਬੁੱਧੀ ਮਲੀਨ ਹੋਈ ਹੈ। ਧਰਮ ਨੂੰ ਤੇ ਪਾਪ ਨੂੰ ਇੱਕੋ ਤੱਕੜੀ ਵਿੱਚ ਮੈਂ ਤੋਲਦਾ ਹਾਂ। ਪਿਤਾ ਪਿਤਾਮਾ ਕੀ ਕਿਰਤ ਸੋਈ, ਮੇਰੇ ਪਿਤਾ ਦੀ ਮੇਰੇ ਪਿਤਾਮਾ ਦਾਦੇ ਦੀ ਵੀ ਉਹੋ ਕਿਰਤ ਸੀ। ਸਾਡੀ ਕੁਲ ਵਿੱਚ ਸੁਨਿਆਰਿਆਂ ਦੇ ਹੋਣ ਕਰਕੇ ਗਹਿਣਿਆਂ ਦੀ ਅਸੀਂ ਘਾਟ ਘੜਦੇ ਹਾਂ, ਬਣਾਉਂਦੇ ਹਾਂ। ਮਹਾਪਤਤ ਮੈਂ ਆਇਓ ਸ਼ਰਨੀ, ਮਾਰਾ ਮੈਂ ਪਾਪੀ ਹਾਂ, ਬਹੁਤ ਵੱਡਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਰਹਿਓ ਨਾ ਕਹਿਓ ਕ੍ਰਿਤ ਨਿਜ ਬਰਨੀ, ਮੇਰੇ ਕੋਲੋਂ ਰਿਹਾ ਨਹੀਂ ਗਿਆ, ਤੁਸੀਂ ਕਿਹਾ ਸੱਚ ਬੋਲੀ। ਮੈਂ ਆਪਣੇ ਮਨ ਨੂੰ ਸਮਝਾਇਆ, ਮਨਾ ਪਰਮੇਸ਼ਰ ਸਤਿਗੁਰੂ ਦਾ ਦਰ ਹੈ, ਜੇ ਇੱਥੇ ਝੂਠ ਬੋਲਿਆ ਤਾਂ ਕਿਤੇ ਨਹੀਂ ਛੁੱਟ ਸਕੇਗਾ, ਪਾਪ ਤਾਂ ਤੂੰ ਕਰਦਾ ਹੀ ਹੈ, ਸੱਚ ਸੱਚ ਬੋਲ। ਮਹਾਰਾਜ ਮੇਰੇ ਤੋਂ ਰਿਹਾ ਨਹੀਂ ਗਿਆ, ਜਿਹੋ ਜਿਹਾ ਕਰਮ ਜਿਹੋ ਜਿਹੀ ਕਿਰਤ, ਚੰਗੀ ਕਰਦਾ ਮਾੜੀ ਕਰਦਾ, ਧੋਖਾ ਦਿੰਦਾ ਝੂਠ ਬੋਲਦਾ ਕਪਟ ਕਰਦਾ, ਮਹਾਰਾਜ ਚਾਰ ਚਾਰ ਹਿੱਸੇ, ਤਿੰਨ ਹਿੱਸੇ ਰੱਖ ਕੇ ਚੌਥਾ ਹਿੱਸਾ ਕਾਟ ਕੱਟਦਾ, ਹੇ ਸੱਚੇ ਪਾਤਸ਼ਾਹ ਇਹ ਮੈਂ ਆਪਣਾ ਸਾਰਾ ਵਰਣਨ ਕਰਕੇ ਸੱਚ ਸੱਚ ਦੱਸ ਦਿੱਤਾ ਹੈ। ਕੂਰ ਹਜ਼ੂਰ ਨਹੀਂ ਮੈਂ ਕਹਿਓ, ਆਪ ਜੀ ਦੀ ਹਜ਼ੂਰੀ ਵਿੱਚ ਮੈਂ ਝੂਠ ਨਹੀਂ ਬੋਲਿਆ, ਜੋ ਕਰਦਾ ਉਹ ਸੱਚ ਸੱਚ ਦੱਸ ਦਿੱਤਾ ਹੈ। ਇਹੋ ਪ੍ਰਤਾਪ ਰਾਵਰ ਕੋ ਲਹਿਓ, ਇਹੀ ਆਪ ਜੀ ਦਾ ਐਡਾ ਵੱਡਾ ਤੇਜ ਪ੍ਰਤਾਪ ਮੈਂ ਵੇਖਿਆ ਕਿ ਤੁਹਾਡੇ ਅੱਗੇ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਝੂਠ ਬੋਲ ਸਕਾਂ, ਕੰਬ ਗਏ ਮੇਰੇ ਪਾਪ। ਇਹ ਤੁਹਾਡੀ ਐਡੀ ਵੱਡੀ ਸ਼ਕਤੀ ਹੈ ਮਹਾਰਾਜ, ਗੁਰੂ ਕਰਦਾ ਐਡਾ ਵੱਡਾ ਪ੍ਰਤਾਪ ਮੈਂ ਪ੍ਰਤੱਖ ਵੇਖ ਲਿਆ ਹੈ। ਨਾਮ ਗਰੀਬ ਨਿਵਾਜ ਤੁਮਾਰਾ, ਪਰ ਆਪ ਜੀ ਦਾ ਨਾਮ ਹੀ ਗਰੀਬ ਨਿਵਾਜ ਹੈ, ਸੰਗਤਾਂ ਤੁਹਾਨੂੰ ਗਰੀਬ ਨਿਵਾਜ ਕਹਿੰਦੀਆਂ, ਗਰੀਬਾਂ ਨੂੰ ਨਿਵਾਜਣ ਵਾਲੇ। ਪਤਿਤ ਉਧਾਰਨ ਬਿਰਧ ਉਧਾਰਾ, ਦੂਜਾ ਤੁਹਾਡਾ ਬਿਰਧ ਸੁਭਾਅ ਕੇ ਪਾਪੀਆਂ ਦਾ ਉਧਾਰ ਕਰਨਾ, ਪਾਪੀਆਂ ਨੂੰ ਮੁਕਤ ਕਰਨਾ, ਪਤਿਤ ਉਧਾਰਨ, ਇਸੇ ਕਰਕੇ ਆਪ ਜੀ ਨੂੰ ਕਿਹਾ ਜਾਂਦਾ ਹੈ। ਜਬੋ ਬਹੋੜੇ ਸਾਚੀ ਕਹੀ, ਸਭ ਤੋਂ ਵੱਡਾ ਤੁਹਾਡਾ ਬਿਰਧ ਹੈ ਪਾਪੀਆਂ ਦਾ ਉਧਾਰ ਕਰਨਾ, ਇਸ ਕਰਕੇ ਮੈਨੂੰ ਪਾਪੀ ਨੂੰ ਵੀ ਉਧਾਰੋ, ਮੇਰੀ ਵੀ ਰੱਖਿਆ ਕਰੋ। ਜਦੋਂ ਭਾਈ ਬਹੋੜੇ ਨੇ ਸੱਚੀ ਸੱਚੀ ਵਿਥਿਆ ਸਤਿਗੁਰਾਂ ਨੂੰ ਸੁਣਾਈ, ਨਿਸ਼ਕਪਟ ਹੋ ਕੇ ਸ੍ਰੀ ਅਰਜਨ ਜੀ ਸਭ ਉਰ ਲਹੀ, ਸਤਿਗੁਰੂ ਜੀ ਨੇ ਵੇਖ ਲਿਆ ਕਿ ਇਹਨੇ ਸੱਚ ਬੋਲਿਆ, ਝੂਠ ਨਹੀਂ ਬੋਲਿਆ, ਬਿਲਕੁਲ ਸੱਚ ਬਿਆਨ ਕੀਤਾ ਹੈ। ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਆਪ ਵੀ ਵੇਖ ਲਿਆ ਕਿ ਕੋਈ ਗੱਲ ਲੁਕਾ ਕੇ ਨਿਰੱਖੀ, ਅੰਤਰਜਾਮੀ ਸਤਿਗੁਰੂ ਜਾਣ ਗਏ। ਕਿਰਪਾ ਕਰੀ ਉਪਦੇਸ਼ ਬਤਾਵਾ, ਉਸ ਵਾਸਤੇ ਕਿਰਪਾ ਕਰਨ ਵਾਸਤੇ ਇਸ ਨੂੰ ਸ਼ੁਭ ਉਪਦੇਸ਼, ਸ਼ੁਭ ਗੁਣਾਂ ਦੀ ਸਿੱਖਿਆ,
ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਬਖਸ਼ਿਸ਼ ਕੀਤੀ ਹੈ। ਕਹਾਂ ਕੂਰ ਮੈਂ ਤੂੰ ਲਪਟਾਵਾ, ਮਾਰਨ ਲੱਗੇ ਤੂੰ ਕਿਉਂ ਝੂਠ ਦੇ ਵਿੱਚ ਲਪਟਿਆ ਪਿਆ ਫਸਿਆ ਪਿਆ, ਕਿਉਂ ਝੂਠ ਦੀ ਕਮਾਈ ਕਰਦਾ, ਪਾਪਾਂ ਦੀ ਕਮਾਈ ਵਿੱਚ ਕਿਉਂ ਲੱਗਾ ਹੋਇਆ ਹੈ ਭਾਈ ਬਹੋੜਿਆ। ਕਰ ਕਰ ਅਗ ਤੂੰ ਸੰਚੈ ਪ੍ਰਿੰਦ, ਬੰਦਾ ਪਾਪ ਕਰ ਕਰਕੇ ਬਹੁਤਾ ਧਨ ਇਕੱਠਾ ਕਰਦਾ ਹੈ, ਕਰ ਪ੍ਰਪੰਚ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਤਿਆ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਮਹਾਰਾਜ ਕਹਿੰਦੇ ਝੂਠ ਬੋਲ ਬੋਲ ਕੇ ਪਾਪ ਕਰ ਕਰਕੇ ਬੰਦਾ ਬਹੁਤੀ ਮਾਇਆ ਇਕੱਠੀ ਕਰਦਾ ਆਪਣੇ ਜੀਵਨ ਵਿੱਚ, ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਅੰਤ ਕਾਲ ਜਮ ਫਾਸ ਬਿਲੰਦ, ਅਰੇ ਮਾਇਆ ਅੰਤ ਨੂੰ ਕੀ ਹੁੰਦਾ, ਇੱਥੇ ਛੱਡ ਕੇ ਤੁਰ ਜਾਂਦਾ। ਝੂਠ ਪਾਪ ਕਰਨ ਕਰਕੇ ਜਿਹੜੀ ਮਾਇਆ ਕਮਾਈ ਹੈ ਉਹਦੇ ਫਲ ਸਰੂਪ ਜਮਾਂ ਦੀਆਂ ਫਾਹੀਆਂ ਪੈਂਦੀਆਂ, ਨਰਕਾਂ ਵਿੱਚ ਦੁੱਖ ਭੋਗਣੇ ਪੈਂਦੇ ਹੈ। ਕੋਟ ਜਨਮ ਦੁੱਖ ਸਹਿ ਕਨੇਰੇ, ਕਰੋੜਾਂ ਜਨਮ ਮਰ ਕੇ ਜਮ ਕੇ ਨਰਕਾਂ ਵਿੱਚ ਬਹੁਤੇ ਸੁੱਖ, ਬਹੁਤੀਆਂ ਜਮਾਂ ਦੀਆਂ ਨਰਕਾਂ ਦੀਆਂ ਸਜਾਵਾਂ ਸਹਾਰਦਾ ਹੈ ਇਹ ਜੀਵ। ਕੌਣ ਸਹਾਏ ਹੋਏ ਤਿਸ ਬੇਰੇ, ਉਹ ਸਮੇਂ ਦੁੱਖ ਦੇ ਸਮੇਂ ਜਦੋਂ ਕੋਈ ਨੀ ਬੋੜਦਾ, ਕੋਈ ਸਹਾਇਤਾ ਨੀ ਉੱਥੇ ਕਰਦਾ, ਬਚਾਉਂਦਾ ਨੀ, ਰੱਖਿਆ ਨੀ ਕਰਦਾ। ਅਪਰ ਤਿਆਗ ਕਰ ਜਾਵੇ ਭੋਰੇ, ਇਹ ਭੋਲਿਆ ਅਪਰ ਤਿਆਗ ਕਰ ਜਾਵੇ, ਜਿਹੜੇ ਨੇੜੇ ਦੇ ਸਾਥੀ ਵੀ ਹੁੰਦੇ ਆ ਉਹ ਵੀ ਛੱਡ ਕੇ ਪਰੇ ਚਲੇ ਜਾਂਦੇ ਆ, ਇਸ ਕਰਕੇ ਕੋਈ ਵੀ ਨੇੜੇ ਨੀ ਜਾਂਦਾ, ਕੋਈ ਵੀ ਨੇੜੇ ਆ ਕੇ ਮਦਦ ਨੀ ਕਰਦਾ, ਸਾਰੇ ਤਿਆਗ ਜਾਂਦੇ ਆ, ਸਾਥ ਛੱਡ ਦਿੰਦੇ ਆ ਜਦੋਂ ਬਿਪਤਾ ਪੈ ਜਾਂਦੀ ਹੈ। ਜਿਨ੍ਹਾਂ ਦੀ ਖਾਤਰ ਚੋਰੀਆਂ ਠੱਗੀਆਂ ਕਪਟ ਕੀਤੇ ਹੁੰਦੇ ਆ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੋ ਸਭ ਲਾ ਕੇ ਕਿਆ ਦਾਰਾ ਕਿਆ ਉਮੀਦ, ਤਾਂ ਸਾਰੇ ਸਾਥ ਛੱਡ ਕੇ ਪਰੇ ਚਲੇ ਜਾਂਦੇ ਆ। ਕਰੇ ਕਰਮ ਹੋਵੇ ਸੰਗ ਤੋਰੇ, ਮਹਾਰਾਜ ਕਹਿੰਦੇ ਜਦੋਂ ਮਰਦਾ ਨਾ, ਜੀਵ ਦੇ ਤਿੰਨ ਤਰ੍ਹਾਂ ਦੇ ਮਿੱਤਰ ਮੰਨੇ ਆ ਸਾਧ ਸੰਗਤ ਜੀ, ਇੱਕ ਧਨ ਮਿੱਤਰ ਹੈ, ਇੱਕ ਸੰਬੰਧੀ ਹੈ, ਇੱਕ ਕਰਮ ਹੈ। ਧਨ ਤਾਂ ਉਨਾ ਚਿਰ ਮਿੱਤਰ ਹੈ ਜਿੰਨਾ ਚਿਰ ਪ੍ਰਾਣ ਚੱਲਦੇ ਆ, ਸਵਾਸ ਚੱਲਦੇ ਆ। ਸੰਬੰਧੀ ਉਨਾ ਚਿਰ ਮਿੱਤਰ ਹੈ ਜਿੰਨਾ ਚਿਰ ਚਿਖਾ ਵਿੱਚ ਰੱਖ ਕੇ ਲਾਂਬੂ ਨਹੀਂ ਲਾ ਦਿੰਦੇ, ਸੰਬੰਧੀ ਸ਼ਮਸ਼ਾਨ ਭੂਮਿਕਾ ਤੱਕ ਜਾਂਦੇ ਆ। ਧਨ ਤਾਂ ਉਨਾ ਚਿਰ ਹੀ ਮਾਲਕ ਹੈ ਜਿੰਨਾ ਚਿਰ ਸਾਹ ਚੱਲਦੇ ਆ। ਮਹਾਂਪੁਰਖ ਸੰਤ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ, ਜੋ ਦਮਦਮੀ ਟਕਸਾਲ ਦੇ ਦਸਵੇਂ ਮੁਖੀ ਸਨ, ਉਹਨਾਂ ਦੀ ਸੰਗਤ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਆਏ, ਬੜੀ ਭਾਰੀ ਸੇਵਾ ਕੀਤੀ। ਜਿੱਥੇ ਟਕਸਾਲ ਦੇ ਮੁਖੀ ਦੀਆਂ ਸੇਵਾਵਾਂ ਨਹੀਂ ਸਾਥ ਛੱਡਦੇ, ਕਰਮ ਅੱਗੇ ਤੱਕ ਨਾਲ ਧੁਰ ਤੱਕ ਜਾਂਦੇ, ਇੱਥੇ ਸਤਿਗੁਰੂ ਜੀ ਉਹ ਜ਼ਿਕਰ ਕਰ ਰਹੇ ਹਨ। ਸੁਣੋ ਪ੍ਰੇਮ ਦੇ ਨਾਲ, ਹੋਰੇ ਕਰਮ ਕਰ ਹੋ ਸੰਗ ਤੋਰੇ, ਕਰੇ ਕਰਮ ਹੋਵੇ ਸੰਗ ਤੋਰੇ, ਹੇ ਭੋਲਿਆ ਜਿਹੜੇ ਕਰਮ ਕੀਤੇ ਹੋਣਗੇ ਨਾ ਚੰਗੇ ਮਾੜੇ, ਉਹ ਤੇਰੇ ਨਾਲ ਜਾਣਾ, ਬਾਕੀਆਂ ਨੇ ਤਾਂ ਇੱਥੇ ਖਹਿੜਾ ਛੱਡ ਦੇਣਾ ਤੇਰਾ, ਉਹ ਨਾਲ ਨਹੀਂ ਜਾਣਗੇ। ਗੁਰਬਾਣੀ ਵਿੱਚ ਵੀ ਆ, ਅਮਲ ਸਰਾਨੋਂ ਲੇਖਾ ਦੇਨਾ, ਆਏ ਕਠਨ ਦੂਤ ਜਮ ਲੇਨਾ, ਕਿਆ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ, ਸਤਾਬੀ ਸਤਾਬੀ ਛੇਤੀ ਛੇਤੀ ਚੱਲ, ਤੈਨੂੰ ਧਰਮ ਰਾਜੇ ਦਾ ਸੱਦਾ ਆ ਗਿਆ, ਅੱਗੇ ਲਾ ਕੇ ਤੁਰ। ਧੰਨ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਆ, ਆਸਾ ਦੀ ਵਾਰ ਵਿੱਚ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ।
ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹੇ ਭੀੜ ਹੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗੁਣ ਪਛੋ ਤਾਵਣਾ ਕਰਮ ਗਵਾਈ ਦਿੰਦੇ ਆ ਮੁਨਸਿਫ ਹੋ ਕੇ ਕਹਿੰਦੇ ਬੰਦਿਆ ਤੈਨੂੰ ਸੰਗਤ ਬੜਾ ਸਮਝਾਉਂਦੀ ਰਹੀ ਗੁਰੂ ਸਾਹਿਬ ਸਮਝਾਉਂਦੇ ਰਹੇ ਬਾਣੀ ਸਮਝਾਉਂਦੀ ਰਹੀ ਮਾੜੇ ਕਰਮ ਨਾ ਕਰ ਤੂੰ ਰੋਕਿਆ ਵੀ ਨਹੀਂ ਰੁਕਿਆ ਲੈ ਤੂੰ ਖਸਮ ਵਿਸਾਰ ਕੀਏ ਰਸ ਭੋਗ ਤਾਂ ਤੈਨੂੰ ਉੱਠ ਖਲੋਏ ਰੋਗ ਰੱਬ ਨੂੰ ਭੁਲਾ ਕੇ ਰਸ ਰੂਪ ਜਾਣ ਕੇ ਪਾਪ ਕੀਤੇ ਲੈ ਇੱਥੇ ਵੀ ਦੁੱਖ ਭੋਗ ਉਹ ਰੋਗਾਂ ਦਾ ਰੂਪ ਦੁੱਖ ਲੱਗ ਜਾਂਦੇ ਆ ਚਿੰਬੜ ਜਾਂਦੇ ਆ ਅੱਗੇ ਫਿਰ ਜੰਮ ਨਾਲ ਚਿੰਬੜ ਜਾਂਦੇ ਆ ਜੰਮ ਲੱਗ ਜਾਂਦੇ ਆ ਕਹਿੰਦੇ ਚੰਗਾ ਜਿਹੜੇ ਜਿਹੜੇ ਪਾਪ ਕੀਤੇ ਹੁਣ ਲੇਖਾ ਦੇ ਇੱਥੇ ਤਿਲ ਪੀੜੇ ਕਹਾਣੀ ਅਜਰਾਈਲ ਫਰੇਸਤਾ ਬੈਠਾ ਕੱਢ ਬਹੀ ਉਹ ਕਰਮ ਮਹਾਰਾਜ ਕਹਿੰਦੇ ਅੱਗੇ ਵੀ ਨਾਲ ਜਾਂਦੇ ਜੇ ਤਾਂ ਚੰਗੇ ਕਰਮ ਕੀਤੇ ਹੋਣਗੇ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਡੀਰ ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਅਨ ਮਾਰ ਕੱਢੋ ਵੇ ਪੀਰ ਕਰਮਾਂ ਦੀਆਂ ਫਾਈਆਂ ਕਰਮਾਂ ਦੇ ਸੰਗਲ ਕਰਮਾਂ ਦੀਆਂ ਬੇੜੀਆਂ ਤੇ ਹੱਥਕੜੀਆਂ ਬਣ ਜਾਂਦੇ ਆ ਪਰਲੋਕ ਵਿੱਚ ਜੇ ਤਾਂ ਸ਼ੁਭ ਗੁਣ ਹੁੰਦੇ ਆ ਤਾਂ ਸ਼ੁਭ ਗੁਣ ਸ਼ੁਭ ਗੁਣਾਂ ਦੀ ਹਥੌੜੀ ਤੇ ਛੈਣੀ ਉਹਨਾਂ ਪਾਪਾਂ ਦੇ ਸੰਗਲਾਂ ਨੂੰ ਕੱਟ ਦਿੰਦੀ ਹੈ ਮੁਕਤ ਕਰ ਦਿੰਦੀ ਹੈ ਜੇ ਸੇਵਾ ਕੀਤੀ ਹੈ ਨਾਮ ਜਪਿਆ ਪਰ ਉਪਕਾਰ ਕੀਤਾ ਸੰਗਤ ਕੀਤੀ ਹੈ ਫਿਰ ਉਹ ਜਿਹੜੇ ਜਮਾਂ ਦੇ ਬੰਧਨ ਪਏ ਹੁੰਦੇ ਆ ਉਹਨਾਂ ਨੂੰ ਕੱਟ ਦਿੰਦੇ ਹੈ ਤੇ ਅੱਗੇ ਗਏ ਨਾ ਮੰਨੀਅਨ ਮਾਰ ਕੱਢੋ ਵੇ ਪੀਰ ਜਿਹਨੇ ਗੁਰੂ ਨੀ ਨਾ ਧਾਰਿਆ ਅੰਮ੍ਰਿਤ ਨੀ ਛਕਿਆ ਉਹਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਧੱਕੇ ਮਾਰ ਕੇ ਕੱਢ ਦਿੰਦੇ ਆ ਕਹਿੰਦੇ ਇਹਦਾ ਕੋਈ ਗੁਰੂ ਪੀਰ ਨਹੀਂ ਗੁਰੂ ਪੀਰ ਹੀ ਗਵਾਹੀ ਦਿੰਦੇ ਆ ਕਿ ਇਹਨੂੰ ਛੱਡ ਦਿਓ ਉਹਨੇ ਮੇਰੀ ਸਿੱਖੀ ਕਮਾਈ ਹੈ ਜੇ ਤਾਂ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਦੀ ਸਿੱਖੀ ਕਮਾਈ ਹੋਏਗੀ ਗੁਰੂ ਵਾਲੇ ਬਣੇ ਹੋਵਾਂਗੇ ਅੰਮ੍ਰਿਤ ਛਕਿਆ ਹੋਏਗਾ ਜੇ ਕੋਈ ਢਲਿਆਈ ਵੀ ਹੋਊਗੀ ਤਾਂ ਵੀ ਦਸਵੇਂ ਪਾਤਸ਼ਾਹ ਉੱਤੇ ਆ ਕੇ ਖੜ ਜਾਣਗੇ ਮੇਰਾ ਸਿੱਖ ਹੈ ਇਹਨੂੰ ਛੱਡ ਦਿਓ ਮੈਂ ਆਪੇ ਇਹਨੂੰ ਮੁਕਤ ਕਰਾਂਗਾ ਫਿਰ ਸੱਚੇ ਪਾਤਸ਼ਾਹ ਮਾਤ ਲੋਕ ਵਿੱਚ ਦੁਬਾਰਾ ਭੇਜ ਕੇ ਗੁਰਸਿੱਖਾਂ ਦੇ ਘਰ ਵਿੱਚ ਸਿੱਖੀ ਦਾ ਦਾਨ ਦੇ ਕੇ ਨਾਮ ਜਪਾ ਕੇ ਸੰਗਤ ਕਰਾ ਕੇ ਧਰਮ ਕਮਾ ਕੇ ਮਹਾਰਾਜ ਫਿਰ ਮੁਕਤ ਕਰ ਦਿੰਦੇ ਆ ਜੇ ਵੀ ਕਲਗੀਆਂ ਵਾਲੇ ਦੇ ਬਣੇ ਨਹੀਂ ਹੋਵਾਂਗੇ ਫਿਰ ਕਲਗੀਆਂ ਵਾਲੇ ਨੇ ਵੀ ਨਹੀਂ ਬੋੜਨਾ ਫਿਰ ਉੱਥੋਂ ਧੱਕੇ ਦੇ ਕੇ ਕੱਢ ਦਿੱਤਾ ਜਾਂਦਾ ਕਹਿੰਦੇ ਪਾ ਦਿਓ ਉਹਨੂੰ ਨਰਕਾਂ ਵਿੱਚ ਇਹਦਾ ਕੋਈ ਗੁਰੂ ਪੀਰ ਨਹੀਂ ਰੱਖਿਆ ਕਰਨ ਵਾਲਾ ਬਚਾਉਣ ਵਾਲਾ ਵੱਡਿਆਂ ਭਾਗਾਂ ਵਾਲਿਓ 19 ਤਰੀਕ ਨੂੰ 11 ਵਜੇ ਅੰਮ੍ਰਿਤ ਸੰਚਾਰ ਹੋਣਾ ਇਸ ਲਈ ਅੰਮ੍ਰਿਤ ਜ਼ਰੂਰ ਛਕੋ ਜਿਹੜਾ ਵੀ ਕੋਈ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਇੱਕ ਵਾਰੀ ਘੱਟੋ ਘੱਟ ਹਰ ਮਾਈ ਭਾਈ ਪ੍ਰਾਣੀ ਅੰਮ੍ਰਿਤ ਦੀ ਦਾਤ ਜ਼ਰੂਰ ਲਵੇ ਰਹਿਤ ਵਿੱਚ ਤਿਆਰ ਬੁਰ ਤਿਆਰ ਰਹੇ ਫਿਰ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ ਇਉਂ ਮਹਾਰਾਜ ਕਹਿੰਦੇ ਭਾਈ ਕਰਮ ਅੱਗੇ ਜਾਂਦੇ ਆ ਗਵਾਹੀਆਂ ਦਿੰਦੇ ਫਿਰ ਉਹੀ ਕਰਮ ਬਣ ਬਣ ਕੇ ਗਵਾਹ ਸੋ ਫਲ ਤਏ ਬਿਨਾ ਨਾ ਬਿਨਾਸਹ ਔਰ ਕਹਿੰਦੇ ਉਹ ਕਰਮ ਜਿਹੜੇ ਮਾੜੇ ਕੀਤੇ ਆ ਜਾਂ ਚੰਗੇ ਕੀਤੇ ਆ ਫਲ ਦਿੱਤਿਆਂ ਤੋਂ ਬਿਨਾਂ ਉਹਨਾਂ ਨੇ ਮਿਟਣਾ ਨਹੀਂ ਅਵਸ਼ ਮੇ ਭੁਗਤਵਿਅੰ ਕ੍ਰਿਤਾ ਕ੍ਰਿਤ ਸੁਭਾ ਸੁਭੰ ਗੀਤਾ ਵਿੱਚ ਕਿਹਾ ਹੇ ਜੀਵ ਅਵਸ਼ ਤੈਨੂੰ ਭੋਗਣਾ ਪਵੇਗਾ ਚੰਗੇ ਅਤੇ ਮਾੜੇ ਕਰਮਾਂ ਦਾ ਫਲ
ਇਸ ਕਰਕੇ ਉਹ ਜੀਵ ਨੂੰ ਭੋਗਣੇ ਪੈਂਦੇ ਤੇ ਫਲ ਦਿੱਤੇ ਤੋਂ ਬਿਨਾਂ ਮਿਟਦੇ ਨਹੀਂ ਹਨ। ਕਰੇ ਕੁਕਰਮ ਤੋਹੇ ਕੁਕਰਸ ਹੈ, ਜਿਹੜੇ ਕੁਕਰਮ ਕੀਤੇ ਹੁੰਦੇ ਉਹੀ ਫਲ ਲੈਂਦੇ ਆ, ਗ੍ਰਸ ਲੈਂਦੇ ਆ, ਬੰਨ ਲੈਂਦੇ ਆ। ਰਹਿ ਇਕਾਕੀ ਸੰਕਟ ਪਾਵੇ, ਉੱਥੇ ਇਕੱਲਾ ਹੀ ਰਹਿ ਜਾਂਦਾ ਫਿਰ ਬੜੇ ਦੁੱਖ ਭੋਗਦਾ, ਕੋਈ ਰੱਖਿਆ ਨਹੀਂ ਕਰਦਾ। ਪਛਤਾਵੇ ਸਿਰ ਧੁਨ ਬਿਲ ਪਾਵੇ, ਔਰ ਸਿਰ ਤੇ ਮੱਥੇ ਤੇ ਹੱਥ ਮਾਰ ਮਾਰ ਕੇ ਵਿਰਲਾਪ ਕਰਦਾ, ਜਦੋਂ ਕੋਈ ਜਮਾ ਦੀ ਮਾਰ ਤੋਂ ਨਹੀਂ ਨਾ ਬਚਾਉਂਦਾ ਫਿਰ ਰੋਂਦਾ ਹੈ, ਚੀਕਾਂ ਮਾਰਦਾ ਹੈ। ਜਾਂ ਤੇ ਸਤਨਾਮ ਕਰਤਾਰ, ਇਸ ਕਰਕੇ ਵਾਹਿਗੁਰੂ ਕਰਤਾ ਪੁਰਖ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ। ਸਿਮਰੋ ਨਿਸ ਦਿਨ ਹੋਏ ਉਧਾਰ, ਰਾਤ ਦਿਨ ਉਹਦਾ ਨਾਮ ਜਪਿਆ ਕਰੋ, ਤੁਹਾਡਾ ਉਧਾਰ ਹੋ ਜਾਏ। ਸੰਗਤ ਜੀ, ਆਪਾਂ ਚੌਵੀ ਘੰਟੇ ਨਾਮ ਨਹੀਂ ਜਪ ਸਕਦੇ, ਚੌਵੀ ਘੰਟੇ ਸੇਵਾ ਨਹੀਂ, ਚੌਵੀ ਘੰਟੇ ਆਪਾਂ ਸੰਗਤ ਨਹੀਂ ਕਰ ਸਕਦੇ, ਪਰ ਇੱਕ ਨਿਯਮ ਜ਼ਰੂਰ ਬਣਾਓ ਕਿ 24 ਘੰਟਿਆਂ ਵਿੱਚੋਂ ਥੋੜ੍ਹਾ ਸਮਾਂ ਨਿਤਨੇਮ ਲਈ, ਬਾਣੀ ਲਈ, ਜਾਪ ਲਈ, ਸਿਮਰਨ ਲਈ ਉਚੇਚਾ ਕੱਢਿਆ ਕਰੋ, ਥੋੜ੍ਹਾ ਸਮਾਂ ਸੰਗਤ ਲਈ ਵੀ ਕੱਢਿਆ ਕਰੋ, ਤਾਂ ਕਿ ਥੋੜ੍ਹਾ ਥੋੜ੍ਹਾ ਇਹ ਨਾਮ ਦਾ, ਸੇਵਾ ਦਾ ਖਜ਼ਾਨਾ ਆਪਣੀ ਜ਼ਿੰਦਗੀ ਵਿੱਚ ਪੂੰਜੀ ਜਮ੍ਹਾਂ ਹੋ ਸਕੇ। ਆਪਾਂ ਇਹ ਨਹੀਂ ਵੀ ਇੱਥੇ ਹੀ ਕਮਾ ਲਿਆ ਅਤੇ ਇੱਥੇ ਖਾ ਲਿਆ, ਆਪਾਂ ਇੱਥੇ ਰਹਿਣ ਵਾਲੇ ਸਦਾ ਦੇ ਵਸਨੀਕ ਵਾਸੀ ਨਹੀਂ, ਹਮ ਵਾਸੀ ਹਾਂ ਉਸ ਦੇਸ਼ ਕੇ, ਜਹਾਂ ਜਾਤ ਵਰਨ ਕੁਲ ਨਾ ਹੈ, ਸ਼ਬਦ ਮਿਲਾਵਾ ਹੋਤਾ ਦੇਹ ਮਿਲਾਵਾ ਨਾ ਹੈ। ਜਿੱਥੇ ਸੱਚਖੰਡ ਵਿੱਚ ਜਾਣਾ ਉੱਥੇ ਲਈ ਵੀ ਕੁਝ ਨਾਲ ਲੈ ਕੇ ਜਾਈਏ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਂਭਿਆਨ ਤਪਤ ਭਉ ਕਾਮ, ਤਹਿ ਹਰ ਕੇ ਨਾਮ ਕੀ ਤੂੰ ਪਰਛਾਂ। ਥੋੜ੍ਹਾ ਥੋੜ੍ਹਾ ਸਮਾਂ ਕੱਢਦੇ ਰਹੀਏ, ਫਿਰ ਇਹ ਖਜ਼ਾਨਾ ਬਣ ਜਾਂਦਾ, ਫਿਰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਫਿਕਰ ਕਰਨ ਦੀ ਲੋੜ ਨਹੀਂ। ਇਸ ਲਈ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਦਾ ਰਾਤ ਦਿਨ ਅਭਿਆਸ ਜਾਪ ਕਰੋ, ਤੁਹਾਡੀ ਮੁਕਤੀ ਹੋ ਜਾਏਗੀ। ਤਿਆਗੋ ਜਗ ਜੰਜਾਰ ਜੋ ਗ੍ਰਸਿਓ, ਸੰਸਾਰ ਦੇ ਕੰਮਾਂ ਵਿੱਚ ਇੰਨਾ ਗ੍ਰਸ ਗਿਆ ਕਿ ਵਾਹਿਗੁਰੂ ਦਾ ਨਾਮ ਲੈਣਾ ਵੀ ਭੁੱਲ ਗਿਆ। ਕਹਿੰਦਾ ਗੁਰਦੁਆਰੇ ਜਾਣਾ ਵਿਹਲਿਆਂ ਦਾ ਕੰਮ ਹੈ, ਮੈਨੂੰ ਤਾਂ ਸਿਰ ਖੁਰਕਣ ਦਾ ਵਿਹਲ ਨਹੀਂ। ਸੇਵਾ ਕਰਨ ਜਿਨ੍ਹਾਂ ਨੂੰ ਲੋੜ ਹੈ ਮੈਂ ਕਿਉਂ ਸੇਵਾ ਕਰਾਂ, ਸੰਗਤ ਕਰਨੀ ਨਾਮ ਜਪਣਾ ਮੇਰਾ ਕੰਮ ਨਹੀਂ। ਹੋਰ ਭਾਵੇਂ ਸਾਰਾ ਦਿਨ ਝੂਠ ਤੂਫਾਨ ਨਿੰਦਾ ਚੁਗਲੀ ਕਰੀ ਜਾਵੇ, ਉਦੋਂ ਬਥੇਰਾ ਟਾਈਮ ਹੈ। ਇਸ ਲਈ ਭਾਈ ਮਹਾਰਾਜ ਕੀ ਕਹਿੰਦੇ ਆ ਕਿ ਸੰਸਾਰ ਦੇ ਜਿਹੜੇ ਧੰਦਿਆਂ ਵਿੱਚ ਫਸਿਆ ਬੈਠਾ ਇਹਨਾਂ ਨੂੰ ਤਿਆਗ ਦਿਆ ਕਰ, ਕੁਝ ਸਮੇਂ ਲਈ ਇਹਨਾਂ ਤੋਂ ਨਿਰਾਲਾ ਹੋ ਕੇ ਵਾਹਿਗੁਰੂ ਨਾਲ ਜੁੜਿਆ ਕਰ। ਜਿਮ ਝੱਕ ਤੋਰੈ ਚਾਰ ਜੋ ਫਸਿਓ, ਜਿਵੇਂ ਸਾਧ ਸੰਗਤ ਜੀ ਜਾਲ ਵਿੱਚ ਮਗਰਮੱਛ ਫਸ ਜਾਏ ਤਾਂ ਉਹ ਜਾਲ ਵਿੱਚੋਂ ਨਿਕਲਣ ਲਈ ਜਾਲ ਨੂੰ ਹੀ ਆਪਣੇ ਦੰਦਾਂ ਨਾਲ ਕੱਟ ਕੇ ਤੋੜ ਕੇ ਬਾਹਰ ਆ ਜਾਂਦਾ। ਇਸੇ ਤਰ੍ਹਾਂ ਕਹਿੰਦੇ ਇਹਨਾਂ ਸੰਸਾਰ ਦੇ ਧੰਦਿਆਂ ਦੇ ਵਿੱਚੋਂ ਤਕੜੇ ਹੋ ਕੇ ਹੌਸਲਾ ਰੱਖ ਕੇ ਇਹਨਾਂ ਦਾ ਤਿਆਗ ਕਰਕੇ ਸਮਾਂ ਕੱਢਿਆ ਕਰੋ ਬਾਣੀ ਲਈ, ਸੇਵਾ ਲਈ, ਸਤਸੰਗਤ ਲਈ। ਸੁਖਕਾਰੀ ਹਰ ਨਾਮ ਸੰਭਾਲੋ, ਸੁਖ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ, ਉਸ ਦੀ ਸੰਭਾਲ ਕਰੋ ਹਮੇਸ਼ਾ। ਕਰਨ ਕੁਕਰਮ ਬਿਰਤੀ ਹਰ ਟਟਕਾਰੋ, ਜਿਹੜੀ ਕੁਕਰਮ ਕਰਨ ਵਾਲੀ ਬਿਰਤੀ ਸੁਭਾਅ ਨੂੰ ਰੋਕ ਕੇ ਰੱਖੋ ਆਪਣੇ ਮਨ ਨੂੰ। ਸਤ ਸੰਗਤ ਮੈਂ ਬੈਸ ਗੁਜ਼ਾਰੋ, ਸਤ ਸੰਗਤ ਵਿੱਚ ਆਪਣੀ ਉਮਰ ਗੁਜ਼ਾਰੋ, ਸੰਗਤ ਤੋਂ ਨਾ ਕਦੇ ਪਿੱਛੇ ਹਟੋ, ਵੱਧ ਤੋਂ ਵੱਧ ਸਮਾਂ ਸਤਸੰਗਤ ਦੇ ਵਿੱਚ ਗੁਜ਼ਾਰਨਾ ਕਰੋ। ਧਰਮ ਜੀਵ ਕਾ ਮੈਂ ਚਿਤ ਧਾਰੋ, ਔਰ ਧਰਮ ਦੀ ਸੱਚੀ ਸੁੱਚੀ ਦਸਾਂ ਨੌਹਾਂ ਦੀ ਕਿਰਤ ਨਾਲ ਹੀ ਆਪਣਾ ਗੁਜ਼ਾਰਾ ਕਰੋ।
ਪਾਪ ਦੀ ਕਿਰਤ ਨਹੀਂ ਕਰਨੀ। ਔਲਾਦ ਹੀ ਕਈ ਵਾਰੀ ਸਾਧ ਸੰਗਤੀ ਸਭ ਕੁਝ ਉਡਾੜ ਦਿੰਦੀ ਹੈ, ਪੱਲੇ ਕੱਖ ਨਹੀਂ ਰਹਿ ਜਾਂਦਾ। ਜੇ ਧਰਮ ਦੀ ਕਿਰਤ ਹੋਊਗੀ ਆਪ ਵੀ ਸੁਖੀ ਵਸੋਂਗੇ, ਔਲਾਦ ਵੀ ਸੁਖੀ ਰਹੇਗੀ। ਚੰਗੇ ਪੁੱਤਰ ਧੀਆਂ ਤੁਹਾਡੇ ਘਰ ਵਿੱਚ ਜਨਮ ਲੈਂਦੇ ਆ ਜਿਹਨਾਂ ਨੇ ਪਾਪ ਦੀ ਕਮਾਈ ਕੀਤੀ ਹੁੰਦੀ ਹੈ। ਇੱਕ ਪੋਤੀ ਇਹੋ ਜਿਹਾ ਹੁੰਦਾ ਜਿਹੜਾ ਸਭ ਕੁਝ ਉਡਾੜ ਕੇ ਉੱਥੇ ਨਾਲੋਂ ਵੀ ਜਿੱਥੋਂ ਗੱਡੀ ਚੱਲੀ ਹੁੰਦੀ ਹੈ ਪਿੱਛੇ ਲੈ ਆਉਂਦਾ। ਇਸ ਕਰਕੇ ਮਹਾਰਾਜ ਜੀ ਨੇ ਬਾਰ ਬਾਰ ਕਿਹਾ ਧਰਮ ਦਾ, ਧਰਮ ਦੀ ਨੀਂਵ, ਧਰਮ ਦੀ ਸੱਚੀ ਸੁੱਚੀ ਕਿਰਤ ਹੈ। ਇਸ ਲਈ ਭਾਈ ਧਰਮ ਦੀ ਉਪਜੀਵਕਾ ਵਿੱਚ ਮਨ ਨੂੰ ਲਾ ਕੇ ਰੱਖੋ ਆਪਣੇ ਨੂੰ। ਨਰਸ ਵਾਲੇ ਦੁੱਖ ਮੇਟਣ ਵਾਲੇ ਸਤਿਗੁਰਾਂ ਦੇ ਬਚਨ ਸੁਣੇ ਭਾਈ ਬਹੋੜੇ ਨੇ। ਬ੍ਰਿੰਦ ਵਿਕਾਰਨ ਪਰਮ ਕਟੀਲੇ, ਇਹ ਬਚਨਾਂ ਨੂੰ ਕਮਾ ਕੇ ਵੱਡੇ ਵੱਡੇ ਵਿਕਾਰ ਵੀ ਸਤਿਗੁਰੂ ਮਹਾਰਾਜ ਨੇ ਆਪ ਹੀ ਕੱਟ ਦੇਣੇ ਆ, ਦੂਰ ਕਰ ਦੇਣੇ ਆ। ਭਾਗ ਵੱਡੇ ਮਸਤਕ ਜਿਸ ਜਾ ਕੇ, ਜਿਹਦੇ ਮਸਤਕ ਦੇ ਵੱਡੇ ਭਾਗ ਜਾਗ ਪੈਂਦੇ ਆ। ਤੀਖਣ ਤੀਰ ਸਮਾਨ ਸੋ ਲਾ ਕੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨ ਤਿੱਖਿਆਂ ਤੀਰਾਂ ਵਾਂਗੂ ਲੱਗ ਜਾਂਦੇ, ਵਿੱਚ ਹੀ ਖੁੱਭ ਜਾਂਦੇ ਆ, ਉਹ ਬਚਨਾਂ ਦਾ ਧਾਰਨੀ ਬਣ ਜਾਂਦਾ ਹੈ। ਗਦ ਗਦ ਭਾਸੁਦ ਸਰਬ ਵਿਸਾਰੀ, ਉਸ ਵਕਤ ਸਾਧ ਸੰਗਤ ਜੀ ਕੰਠ ਹਿਰਦਾ ਭਰ ਗਿਆ ਪ੍ਰੇਮ ਦੇ ਜਲ ਨਾਲ, ਤੇ ਸੁੱਧ ਬੁੱਧ ਭੁੱਲ ਗਈ ਸਾਰੀ ਮਹਿਲ ਧੋਤੀ ਕਿ ਦੇਖੋ ਸੱਚ ਦਾ ਐਡਾ ਵੱਡਾ ਫਲ ਹੈ ਗੁਰੂ ਦੀ ਹਜ਼ੂਰੀ ਵਿੱਚ ਕਹਿਣ ਦਾ। ਸੱਚ ਬੋਲੇ ਨੇ ਮਨ ਦੀਆਂ ਮਹਿਲਾਂ ਹੀ ਦੂਰ ਕਰ ਦਿੱਤੀਆਂ, ਹਿਰਦਾ ਪ੍ਰੇਮ ਦੇ ਰਸ ਨਾਲ ਭਰ ਗਿਆ, ਬਾਣੀ ਰੁਕ ਗਈ, ਬੋਲਿਆ ਨਹੀਂ ਜਾਂਦਾ। ਪ੍ਰੇਮ ਮਹਾ ਅਸਰਨ ਕੋ ਡਾਰੀ, ਬਹੁਤੇ ਪ੍ਰੇਮ ਨਾਲ ਪ੍ਰੇਮ ਦੇ ਅਥਰੂ ਧਰਤੀ ਤੇ ਡਿੱਗਦੇ ਐ, ਇਉਂ ਬਾਰ ਬਾਰ ਪਛਤਾਪ ਕਰਦਾ ਹੈ ਆਪਣੀ ਕਰਨੀ ਨੂੰ ਵੇਖ ਕੇ। ਪ੍ਰਥਮਕ ਕਰਮਨ ਕੋ ਪਛਤਾਵ, ਜਿਹੜੇ ਖੋਟੇ ਕਰਮ ਕੀਤੇ ਉਹਨਾਂ ਦਾ ਪਛਤਾਪ ਮਨ ਨੂੰ ਲੱਗ ਗਿਆ। ਗੁਰ ਕੋ ਬਚਨ ਹਿਰਦੈ ਪੁਨ ਭਾਵ, ਗੁਰੂ ਸਾਹਿਬ ਜੀ ਦੇ ਬਚਨ ਬਾਰ ਬਾਰ ਮਨ ਨੂੰ ਭਾਉਂਦੇ ਐ, ਮਨ ਪ੍ਰਵਾਨ ਕਰ ਗਿਆ ਗੁਰੂ ਜੀ ਦੇ ਬਚਨਾਂ ਨੂੰ ਮੰਨਦਾ ਹੈ। ਲੱਗੋ ਸੇਵ ਕਰਪੇ ਸਤਿਗੁਰ ਕੀ, ਸਤਿਗੁਰੂ ਜੀ ਦੇ ਪਾਸ ਹੀ ਰਹਿ ਪਿਆ ਸਤਿਗੁਰਾਂ ਦੀ ਸੇਵਾ ਕਰਨ ਲੱਗ ਪਿਆ ਭਾਈ ਬਹੋੜਾ। ਵਧਿਓ ਪ੍ਰੇਮ ਸ਼ਰਧਾ ਧਾਰ ਉਰ ਕੀ, ਬਹੁਤ ਸ਼ਰਧਾ ਧਾਰਨ ਕਰਕੇ ਸੇਵਾ ਵਿੱਚ ਲੱਗ ਗਿਆ, ਪ੍ਰੇਮ ਬਹੁਤ ਵਧਿਆ ਹੋਇਆ ਹੈ। ਕਿਤਕ ਦਿਵਸ ਮੈਂ ਤਿਸ ਕੋ ਹੇਰਾ, ਇੰਨੇ ਦਿਨ ਮਹੀਨੇ ਸੇਵਾ ਵਿੱਚ ਲੱਗਾ ਰਿਹਾ ਭਾਈ ਬਹੋੜਾ, ਤੇ ਸੇਵਾ ਵਿੱਚ ਲੱਗੇ ਹੋਏ ਨੂੰ ਵੇਖ ਕੇ ਸਤਿਗੁਰਾਂ ਨੇ ਕਰਿਓ ਨਿਕੰਦਨ ਮੋਹ ਵਡੇਰਾ, ਐਸੀ ਕਿਰਪਾ ਕੀਤੀ ਨਾ ਐਸੀ ਕਿਰਪਾ, ਸੇਵਾ ਵਿੱਚ ਲੱਗੇ ਹੋਏ ਨੂੰ ਵੇਖ ਕੇ ਸੇਵਾ ਤੇ ਪ੍ਰਸੰਨ ਹੋ ਕੇ ਮੋਹ ਦੇ ਬੰਧਨ ਕੱਟ ਦਿੱਤੇ ਸਤਿਗੁਰਾਂ ਨੇ। ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ, ਫਿਰ ਆਪਣੇ ਪਾਸ ਬੁਲਾ ਕੇ ਕਿਰਪਾ ਦੀ ਦ੍ਰਿਸ਼ਟੀ ਕਰਕੇ ਨਾਮ ਦੀ ਦਾਤ ਦਿੱਤੀ ਸਤਿਗੁਰਾਂ ਨੇ। ਜਿਸ ਤੇ ਭਏ ਸੰਪੂਰਨ ਕਾਮ, ਇਸ ਨਾਮ ਕਰਕੇ ਮਨੁੱਖਾ ਜੀਵਨ ਦੇ ਸਾਰੇ ਕਾਰਜ ਪਾ, ਮਨੁੱਖਾ ਜੀਵਨ ਸਫਲ ਹੋ ਗਿਆ, ਇਹੀ ਸਭ ਤੋਂ ਵੱਡਾ ਕਾਰਜ ਹੈ। ਸਤਿਗੁਰ ਸ਼ਬਦ ਪ੍ਰੇਮ ਮੈਂ ਪਾਕਾ, ਸਤਿਗੁਰਾਂ ਦੇ ਬਾਣੀ ਦੇ ਸ਼ਬਦਾਂ ਦੇ ਪ੍ਰੇਮ ਵਿੱਚ ਮਨ ਭਿੱਜ ਗਿਆ ਹੈ, ਰੰਗ ਚੜ ਗਿਆ ਬਾਣੀ ਦਾ ਨਾਮ ਦਾ। ਜਨਮ ਜਨਮ ਕੋ ਸੋਇਓ ਜਾਗਾ, ਜਿਹੜਾ ਜਨਮ ਜਨਮ ਦਾ ਮਨ ਸੁੱਤਾ ਪਿਆ ਸੀ ਨਾ, ਮਨ ਸੋਇਆ ਮਾਇਆ ਵਿਸਮਾਦ, ਉਹ ਨਾਮ ਵਿੱਚ ਜਾਗ ਪਿਆ, ਨਾਮ ਵੱਲ ਲੱਗ ਗਿਆ ਹੈ। ਭਇਓ ਬਹੋੜਾ ਬਹੁਤ ਨਿਹਾਲ, ਭਾਈ ਬਹੋੜਾ ਬਹੁਤ ਜ਼ਿਆਦਾ ਨਿਹਾਲ ਹੋਇਆ। ਨਿਕਟ ਬੁਲਾਇਓ ਗੁਰੂ ਕਿਰਪਾਲ, ਕਾਲੂ ਸਤਿਗੁਰੂ ਜੀ ਨੇ ਆਪਣੇ ਪਾਸ ਸੱਦਿਆ। ਕਹਿਓ ਅਬੈ ਤੂੰ ਗ੍ਰਹਿ ਕੋ ਜਾਵੋ, ਕਹਿਣ ਲੱਗੇ ਹੁਣ ਭਾਈ ਤੂੰ ਆਪਣੇ ਘਰ ਨੂੰ ਵਾਪਸ ਜਾਣਾ ਕਰ ਨਗਰ ਨੂੰ।
ਔਰ ਆਨੰਦ ਕਰ ਹਰ ਗੁਣ ਗਾਵੋ। ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਆ ਕਰ, ਨਾਮ ਜਪਿਆ ਕਰ। ਬਹੁਤਾ ਹੀ ਜਿਹੜਾ ਤੈਨੂੰ ਆਨੰਦ ਹੋਇਆ, ਇਹ ਆਨੰਦ ਵਿੱਚ ਹੋਰ ਵਾਧਾ ਹੋਵੇਗਾ, ਬਹੁਤਾ ਹੀ ਆਨੰਦ ਪ੍ਰਾਪਤ ਹੋਵੇਗਾ। ਗਾਲ ਬਿਤਾਵੋ ਮਿਲ ਸਤ ਸੰਗ, ਆਪਣਾ ਸਮਾਂ ਸਤਸੰਗਤ ਦੇ ਵਿੱਚ ਗੁਜ਼ਾਰਨਾ ਬਤੀਤ ਕਰਨਾ ਹੈ। ਪ੍ਰੇਮਾ ਭਗਤ ਵਿਖੇ ਮਨ ਰੰਗ, ਪ੍ਰੇਮਾ ਭਗਤੀ ਵਿੱਚ ਕੋਈ ਮੰਗ ਨਹੀਂ ਹੁੰਦੀ ਆਪਣੇ ਮਾਲਕ ਦੇ ਨਾਲ। ਇਸ ਕਰਕੇ ਸਾਰੀਆਂ ਮੰਗਾਂ ਉੱਥੇ ਛੁੱਟ ਜਾਂਦੀਆਂ, ਨਿਰੋਲ ਪ੍ਰੇਮ ਰਹਿ ਜਾਂਦਾ। ਪ੍ਰੇਮਾ ਭਗਤੀ ਦੀ ਦਾਤ ਮੰਗਣੀ ਚਾਹੀਦੀ ਹੈ। ਪ੍ਰੇਮਾ ਭਗਤੀ ਵਿੱਚ ਮਨ ਰੰਗਿਆ ਗਿਆ ਗੂੜਾ। ਗਰੀਬ ਹੋੜੇ ਪੁੰਨ ਅਰਦਾਸ, ਪ੍ਰੇਮਾ ਭਗਤੀ ਵਿੱਚ ਕੋਈ ਮੰਗ ਨਹੀਂ, ਸਾਧ ਸੰਗ ਦੀ ਰਹਿ ਜਾਂਦੀ। ਪ੍ਰੀਤਮ ਦੀ ਪ੍ਰਸੰਨਤਾ ਦੀ ਇੱਕ ਉਮੰਗ ਹੁੰਦੀ ਹੈ ਕਿ ਮੇਰਾ ਵਾਹਿਗੁਰੂ ਮੇਰੇ ਤੇ ਪ੍ਰਸੰਨ ਰਹੇ, ਬਸ ਉਹੀ ਕਰਨੀ ਫਿਰ ਪਿਆਰੇ ਗੁਰਮੁਖ ਕਰਦੇ ਹੈ। ਇਸ ਲਈ ਭਾਈ ਬਹੋੜੇ ਨੇ ਫਿਰ ਅਰਦਾਸ ਬੇਨਤੀ ਕੀਤੀ, ਸ਼੍ਰੀ ਸਤਿਗੁਰ ਮੈਂ ਰਾਵ ਅਰਦਾਸ, ਇਹ ਸਤਿਗੁਰੂ ਜੀ ਤੁਸੀਂ ਮੇਰੇ ਸਤਿਗੁਰੂ, ਮੈਂ ਤੁਹਾਡਾ ਦਾਸ ਹਾਂ। ਕੌਣ ਜੀਵਕਾ ਕੋ ਮੈਂ ਕਰਾਂ, ਹੁਣ ਦੱਸੋ ਆਪਣੇ ਨਿਰਵਾਹ ਲਈ ਕਿਹੜੀ ਉਪਜੀਵਕਾ ਕਿਰਤ ਕਰਾਂ, ਜਿਸ ਤੇ ਭਵ ਜਲ ਦੁਸਤਰ ਤਰਾਂ, ਜਿਸ ਕਰਕੇ ਸੰਸਾਰ ਭਵ ਜਲ ਤੋਂ ਵੀ ਸੁਖੈਨ ਤਰ ਜਾਵਾਂ, ਜਿਸ ਮੈਂ ਦੋਸ਼ ਨਾ ਲੱਗਾ ਕੋਈ, ਜਿਸ ਕਿਰਤ ਕਰਕੇ ਕੋਈ ਪਾਪ ਨਾ ਲੱਗੇ ਕਿਸੇ ਵੀ ਤਰ੍ਹਾਂ। ਅਬ ਰਾਵਰ ਆਗਿਆ ਦਿਓ ਸੋਈ, ਉਹੀ ਆਗਿਆ ਸਤਿਗੁਰੂ ਜੀ ਤੁਸੀਂ ਮੈਨੂੰ ਦੇਣਾ ਕਰੋ, ਬਖਸ਼ਣਾ ਕਰੋ। ਸ਼੍ਰੀ ਅਰਜਨ ਸੁਣ ਗਿਰਾ ਉਚਾਰੀ, ਧੰਨ ਗੁਰੂ ਅਰਜਨ ਦੇਵ ਜੀ ਨੇ ਸੁਣ ਕੇ ਬਾਣੀ ਬਚਨ ਉਚਾਰੇ। ਤਿਆਗੋ ਕੁਲ ਕੀ ਕਿਰਤ ਕੁਕਾਰੀ, ਮਹਾਰਾਜ ਕਹਿੰਦੇ ਜਿਹੜੀ ਖੋਟੀ ਕਿਰਤ ਕਰਦਾ ਸੀ ਨਾ ਆਪਣੀ ਕੁਲ ਦੀ, ਭਾਵ ਚੌਥਾ ਹਿੱਸਾ ਸੋਨੇ ਦੀ ਕਾਟ ਕੱਟਦਾ ਸੀ, ਧੋਖਾ ਕਰਦਾ ਸੀ ਗਾਹਕਾਂ ਦੇ ਨਾਲ, ਉਹ ਖੋਟੇ ਕਰਮ ਕਰਨੇ ਛੱਡ ਦੇ, ਨਿਰੋਲ ਸੱਚੀ ਸੁੱਚੀ ਧਰਮ ਦੀ ਕਿਰਤ ਕਰਿਆ ਕਰ। ਮਾਮਿਤ ਕਰੇ ਮਹਿ ਲੰਗਰ ਕੀਜਾ, ਔਰ ਸਾਡੇ ਨਿਮਿਤ ਭਾਵ ਸਾਨੂੰ ਹਾਜ਼ਰ ਜਾਣ ਕੇ, ਸਾਡੇ ਨਿਮਿਤ ਹਿਰਦੇ ਵਿੱਚ ਪ੍ਰੇਮ ਧਾਰ ਕੇ ਲੰਗਰ ਚਲਾ, ਆਪਣੇ ਘਰ ਵਿੱਚ ਲੰਗਰ ਚਲਾਇਆ ਕਰ, ਸੰਗਤ ਨੂੰ ਲੰਗਰ ਦੀ ਸੇਵਾ ਕਰਕੇ ਲੰਗਰ ਛਕਾਇਆ ਕਰ। ਲੰਗਰ ਦਾ ਬਹੁਤ ਵੱਡਾ ਫਲ ਹੈ ਸੰਗਤ ਦੀ। ਕਲਯੁਗ ਦੇ ਵਿੱਚ ਹੋਰ ਬਹੁਤੇ ਜੱਗ ਤਾਂ ਪ੍ਰਦਾਨ ਤਾਂ ਨਹੀਂ ਕਰ ਸਕਦੇ, ਇੱਕ ਸੰਗਤ ਕਰ ਲਿਆ ਕਰੀਏ, ਅੰਮ੍ਰਿਤ ਛਕ ਕੇ ਰਹਿਤ ਰੱਖ ਕੇ ਬਾਣੀ ਪੜ੍ਹਿਆ ਕਰੀਏ, ਦੂਜਾ ਲੰਗਰ ਦੀ ਸੇਵਾ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਹੱਥੀ ਲੰਗਰ ਦੀ ਸੇਵਾ ਕਰ ਲਿਆ ਕਰੀਏ, ਤਾਂ ਜਨਮ ਸਫਲਾ ਹੀ ਸਫਲਾ। ਇਸ ਲਈ ਮਹਾਰਾਜ ਕਹਿੰਦੇ ਸਾਡੇ ਨਿਮਿਤ ਲੰਗਰ ਲਾ, ਸਾਡਾ ਜੇ ਤੇਰੇ ਹਿਰਦੇ ਵਿੱਚ ਪ੍ਰੇਮ ਹੈ। ਆਏ ਸੁਧਤ ਨਰ ਤਿਨ ਕੋ ਦੀਜਾ, ਜਿਹੜਾ ਘਰ ਵਿੱਚ ਕੋਈ ਭੁੱਖਾ ਆਵੇ ਉਸ ਨੂੰ ਲੰਗਰ ਛਕਾਉਣਾ ਹੈ, ਭੁੱਖਾ ਨਹੀਂ ਜਾਣ ਦੇਣਾ। ਮਮ ਸਿੱਖੀ ਕੋ ਸਦਾ ਕਮਾਵੋ, ਸਾਡੀ ਸਿੱਖੀ ਨੂੰ ਸਦਾ ਕਮਾਉਣਾ ਹੈ। ਤਨ ਤੇ ਹੰਤਾ ਬੁੱਧ ਉਠਾਵੋ, ਬੁੱਧੀ ਵਿੱਚੋਂ ਜਿਹੜੀ ਤਨ ਦੀ ਹੰਗਤਾ, ਇਸ ਨੂੰ ਛੱਡ ਦੇ, ਤਿਆਗ ਦੇ, ਕੱਢ ਦੇ ਮਨ ਵਿੱਚੋਂ। ਦੁੱਖ ਸੁੱਖ ਮੈਂ ਮਾਨੋ ਪ੍ਰਭ ਭਾਣਾ, ਸੁੱਖ ਆਵੇ ਦੁੱਖ ਆਵੇ ਵਾਹਿਗੁਰੂ ਦੀ ਰਜਾ ਮਨ, ਰਹੋ ਹਰ ਕਜਤ ਸਦਾ ਨਿਮਾਣਾ, ਨਿਮਾਣਾ ਬਣ ਕੇ ਰਹੀ ਤੇ ਪ੍ਰਸੰਨ ਰਹੀ, ਕਦੇ ਝੋਰਿਆਂ ਵਿੱਚ ਝੋਰੀ ਨਾ ਜਾਈ। ਸੁਣ ਸਤਿਗੁਰ ਕੀ ਸਿੱਖ ਸੁਖਾਰੀ, ਐ ਸੁਖਾਲੀ ਸਿੱਖਿਆ ਸਤਿਗੁਰਾਂ ਦੀ ਸੁਣ ਕੇ, ਗ੍ਰਹਿ ਗਮਨਿਓ ਕੀਨਸ ਉਰ ਧਾਰੀ, ਹਿਰਦੇ ਵਿੱਚ ਗੁਰਸਿੱਖੀ ਅਤੇ ਬਚਨਾਂ ਨੂੰ ਧਾਰਨ ਕਰਕੇ ਆਪਣੇ ਗ੍ਰਹਿ ਆਪਣੇ ਨਗਰ ਨੂੰ ਗਿਆ। ਸਦਾ ਆਨੰਦ ਬਿਲੰਦ ਨਿਮਗਨ, ਸਾਧ ਸੰਗ ਜੀ ਸਦਾ ਹੀ ਬਹੁਤ ਆਨੰਦ ਨਾਲ ਹਿਰਦਾ ਭਰ ਗਿਆ, ਐਨ ਲਵਾ ਲਵ ਨਿਮਗਨ, ਐਨ ਮਸਤ ਰਹਿੰਦਾ ਆਨੰਦ ਦੀ, ਜਿਵੇਂ ਕਿਸੇ ਅਮਲੀ ਨੂੰ ਨਸ਼ੇ ਵਿੱਚੋਂ
ਨਸ਼ਾ ਆਉਂਦਾ ਓ ਖੁਮਾਰੀ ਰਹਿੰਦੀ ਹੈ ਨਾਮ ਦੀ ਅੱਠੇ ਪੈਰ ਚੜੀ ਹੋਈ ਗੁਰ ਚਰਨਨ ਕੀ ਲਾਗੀ ਲਗਨ ਸਤਿਗੁਰਾਂ ਦੇ ਚਰਨਾਂ ਵਿੱਚ ਐਨ ਮਨ ਜੁੜ ਗਿਆ ਹੈ ਲਗਨ ਲੱਗ ਗਈ ਹੈ ਚਰਨਾਂ ਦੀ ਦੋਹਰਾ ਇਸ ਵਿਦ ਜਿਤ ਕੋ ਜਾਤ ਹੈ ਇਸ ਤਰ੍ਹਾਂ ਜਿੱਧਰ ਨੂੰ ਵੀ ਜਾਂਦਾ ਸਿੱਖੀ ਕਮਾਉਂਦਾ ਨਾਮ ਜਪਦਾ ਐਸੀ ਅਵਸਥਾ ਬਣ ਗਈ ਹੈ ਮਿਲੈ ਸੋਤ ਨਿਹਾਲ ਆਖੋ ਭਾਈ ਵਾਹਿਗੁਰੂ ਸੰਗਤ ਜੀ ਜਿਹੜਾ ਵੀ ਭਾਈ ਬਹੋੜੇ ਨੂੰ ਮਿਲਦਾ ਜਾਂ ਭਾਈ ਬਹੋੜੇ ਦੇ ਦਰਸ਼ਨ ਕਰਦਾ ਨਿਹਾਲ ਹੋਈ ਜਾਂਦਾ ਨਿਹਾਲ ਹੋਈ ਜਾਂਦਾ ਐਸੀ ਕਰਨੀ ਬਣਾ ਦਿੱਤੀ ਸਤਿਗੁਰੂ ਨੇ ਗੁਰਸਿੱਖ ਦੀ ਕਰਨੀ ਆ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ ਮਨ ਕੀ ਕੱਟਿਆ ਮੈਲ ਸਾਧ ਸੰਗ ਉੱਠਿਆ ਗੁਰਸਿੱਖ ਦੇ ਦਰਸ਼ਨ ਕਰਕੇ ਪਾਪੀ ਵੀ ਪੂਜਨ ਯੋਗ ਬਣ ਜਾਂਦੇ ਹੈ ਗੁਰਸਿੱਖ ਦੇ ਦਰਸ਼ਨ ਕਰਕੇ ਪਾਪੀਆਂ ਨੂੰ ਵੀ ਐਨ ਠੰਡ ਪੈ ਜਾਂਦੀ ਹੈ ਜਿੱਧਰ ਨੂੰ ਜਾਂਦਾ ਜਿਹੜਾ ਮੱਥੇ ਲੱਗਦਾ ਨਿਹਾਲ ਹੋਈ ਜਾਂਦਾ ਮਨਮੁਖ ਦੇ ਮੱਥੇ ਲੱਗ ਜਾਓ ਕੰਮ ਘਰੋਂ ਕਿਸੇ ਲਈ ਤੁਰੀਏ ਵਿੱਚ ਹੀ ਰਹਿ ਜਾਂਦੇ ਹੈ ਗੁਰਮੁਖ ਦੇ ਨਾਮ ਜਪਣ ਵਾਲੇ ਗੁਰਸਿੱਖ ਦੇ ਮੱਥੇ ਲੱਗ ਜਾਈਏ ਤਾਂ ਸਾਰੇ ਕਾਰਜ ਰਾਸ ਹੋ ਜਾਂਦੇ ਹੈ ਇਹ ਗੁਰੂ ਦਾ ਪ੍ਰਤਾਪ ਹੈ ਸਾਧ ਸੰਗਤ ਜੀ ਗੁਰਸਿੱਖੀ ਦਾ ਪ੍ਰਤਾਪ ਹੈ ਜਿੱਧਰ ਨੂੰ ਜਾਂਦਾ ਸੰਗਤਾਂ ਨਿਹਾਲ ਹੁੰਦੀਆਂ ਜਿਹੜਾ ਵੀ ਮਿਲਦਾ ਉਹਦੇ ਦੁੱਖ ਕੱਟੇ ਜਾਂਦੇ ਐ ਆਨ ਬਿਰਾਜੇ ਸੁਦਾ ਸਰ ਇਉਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਸੰਗਤਾਂ ਨੂੰ ਤਾਰ ਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਸੁਭਾਇਮਾਨ ਹੋ ਗਏ ਹਨ ਸ਼ਹਿਦ ਚਨਾਬ ਨਤਾਲ ਸਰੋਵਰ ਨੂੰ ਪੱਕੀ ਇੱਟਾਂ ਦੀ ਚਣਾਈ ਕਰਵਾ ਕੇ ਐਨ ਪੱਕਿਆਂ ਸਰੋਵਰ ਦੇ ਪੌੜ ਬਣਾਉਣੇ ਤੇ ਹਰਿਮੰਦਰ ਸਾਹਿਬ ਜੀ ਦੀ ਸਾਰੀ ਸੇਵਾ ਕਰਵਾਉਣੀ ਇਹ ਸਤਿਗੁਰੂ ਜੀ ਦਾ ਸੰਕਲਪ ਬਣਿਆ ਹੋਇਆ ਹੈ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ।